ਜਿਵੇਂ ਟ੍ਰੇਲਰ ਦਾ ਪਹਿਲਾ ਡਾਇਲੋਗ ਆ ਉਹਦੇ ਨਾਲ ਬਹੁਤ ਸਾਰੇ ਲੋਕ ਰਿਲੇਟ ਕਰ ਰਹੇ ਆ, ਇੰਨੇ ਮੈਸੇਜ ਉਹਦੇ ਨੀਚੇ ਉਹੀ ਆਏ ਹੋਏ ਆ। ਜਦੋਂ ਟ੍ਰੇਲਰ ਦੇਖ ਲਿਆ ਟੀਜ਼ਰ, ਸਾਨੂੰ ਕੁੜੀਆਂ ਦੇ ਮੁੰਡਿਆਂ ਦੇ ਮੈਸੇਜ ਰੁਕ ਨਹੀਂ ਰਹੇ, ਪ੍ਰੋਡਿਊਸਰਾਂ ਦੇ, ਉਹਦੇ ਨੂੰ ਮਿਊਜ਼ਿਕ ਵਾਲਿਆਂ ਦੇ, ਗਾਣੇ ਵਾਲਿਆਂ ਦੇ। ਮੈਂ $400 ਲਾਊਂਗਾ ਪਰ ਡੇ ਦਾ, ਪਹਿਲਾਂ ਕਹਿੰਦਾ ਮੈਂ ਫ੍ਰੀ ਚ ਕਰ ਦੂੰਗਾ। ਅਸੀਂ ਉਹ ਲੜ ਪਿਆ ਉੱਥੇ ਮੇਰੇ ਨਾਲ ਅੱਡੇ ਤੇ ਖੜੇ, ਹਨਾ, ਤੇ ਲੋਕ ਦੇਖਣ ਵੀ ਕਿਹੜੀ ਗੱਲ ਤੋਂ ਲੜ ਰਹੇ। ਪੇਂਡੂ ਕੈਨੇਡੀਅਨ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈ ਨਾ ਤੁਸੀਂ ਆਪਣਾ ਕੈਨੇਡਾ ਟ੍ਰਿਪ ਦੀਆਂ ਸਾਰੀ ਵੀਡੀਓ ਇੰਜੋਏ ਕਰ ਰਹੇ ਹੋ, ਪਰ ਅੱਜ ਉਹ ਟ੍ਰਿਪ ਨੂੰ ਰੋਕ ਕੇ ਆਪਾਂ ਨੂੰ ਆਹ ਵੀਡੀਓ ਸ਼ੂਟ ਕਰਨੀ ਪਈ, ਕਿਉਂਕਿ ਹੁਣ ਤੁਸੀਂ ਹੁਣ ਤੱਕ ਸਟੂਡੈਂਟ ਕੋਟੇ ਦੇ ਜਿਹੜੇ ਤੁਸੀਂ ਟੀਜ਼ਰ ਵੀ ਦੇਖ ਲਿਆ, ਟ੍ਰੇਲਰ ਵੀ ਦੇਖ ਲਿਆ, ਅਤੇ ਬਹੁਤ ਲੋਕਾਂ ਦਾ ਮੈਂ ਕਹਿੰਦਾ ਇੰਨਾ ਸੋਹਣਾ ਸ਼ੇਅਰ ਕੀਤਾ ਦੱਬ ਕੇ, ਇੰਨਾ ਸੋਹਣਾ ਰਿਸਪੋਂਸ ਆ, ਅਤੇ ਮੈਂ ਵੀ ਸੋਚਿਆ ਨਹੀਂ ਸੀ ਜਾਂ ਅਸੀਂ ਸਾਰਿਆਂ ਨੇ ਵੀ ਇੰਨਾ ਰਿਸਪੋਂਸ ਸੋਹਣਾ ਆਊਗਾ, ਬਹੁਤ ਸੋਹਣਾ ਰਿਸਪੋਂਸ ਆਇਆ। ਪਰ ਅੱਜ ਆਪਾਂ ਜਿਹੜੀ ਗੱਲ ਕਰਾਂਗੇ, ਜਿਹੜੀ ਇਹ ਸਟੂਡੈਂਟ ਕੋਟੇ ਦੇ ਜਿਹੜੀ ਪਿਛਲੀ ਸਟੋਰੀ ਆ ਵੀ ਕਿਉਂ ਇਹ ਬਣਾਈ ਗਈ ਸੀ, ਕਿਹਦਾ ਆਈਡੀਆ ਸੀਗਾ, ਅਤੇ ਬਣਾਉਣ ਦੀ ਲੋੜ ਕਾਹਤੋਂ ਪਈ ਸੀਗੀ, ਇਹ ਸਾਰੀਆਂ ਗੱਲਾਂ ਕਵਰ ਕਰਾਂਗੇ, ਕਿੱਥੋਂ ਸਟੋਰੀ, ਇਹ ਬਿਹਾਈਂਡ ਦੀ ਕੈਮਰਾ ਕਿੱਥੋਂ ਸ਼ੁਰੂ ਹੋਈ ਆ। ਪਰ ਜੇ ਤੁਸੀਂ ਹੁਣ ਤੱਕ ਵੀ ਇਸ ਚੀਜ਼ ਲਈ ਜਾਣੂ ਨਹੀਂ ਹੈਗੇ ਤਾਂ ਵਾਈਬ ਪੰਜਾਬੀ ਨਾਂ ਦੇ ਚੈਨਲ 'ਤੇ ਅਸੀਂ ਸਾਰੀਆਂ ਪਾ ਰਹੇ ਹਾਂ ਇਹ, ਬਹੁਤੇ ਪੁੱਛਦੇ ਆ ਵੀਰੇ ਇੰਸਟਾ 'ਤੇ ਕਿੱਥੇ ਆ, ਨਾ, ਸੋ ਵਾਈਬ ਪੰਜਾਬੀ ਦਾ ਮੈਂ ਡਿਸਕ੍ਰਿਪਸ਼ਨ ਦਊਂਗਾ, ਉੱਥੇ ਹੀ ਸਾਰੀਆਂ ਇਹ ਅਸੀਂ ਟੀਜ਼ਰ, ਟ੍ਰੇਲਰ, ਗਾਣਾ ਵੀ ਆ ਚੁੱਕਿਆ, ਨਾ, ਅਤੇ ਉੱਥੇ ਹੀ ਆ ਸਾਰੇ। ਸੋ ਅੱਜ ਦੀ ਇਹ ਵੀਡੀਓ ਸਾਡੀ ਟੀਮ ਆ, ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਆਖਰ ਸ਼ੁਰੂ ਕਿੱਥੋਂ ਹੋਇਆ ਸੀ ਸਾਰਾ ਮਾਮਲਾ। ਮੇਰੇ ਨਾਲ ਸਾਰੇ ਵੀਰ ਬੈਠੇ ਨੇ, ਆਪਾਂ ਸਾਰਿਆਂ ਨਾਲ ਗੱਲਬਾਤ ਕਰਦੇ ਹਾਂ। ਹਜੇ ਤੱਕ ਜੇ ਤੁਸੀਂ ਨਹੀਂ ਦੇਖੀ ਇੱਕ ਵਾਰੀ ਚੈਨਲ ਜ਼ਰੂਰ ਜਾ ਕੇ ਦੇਖੋ, 9 ਤਰੀਕ ਨੂੰ ਸਾਡਾ ਪਹਿਲਾ ਐਪੀਸੋਡ ਉੱਥੇ ਹੀ ਆਊਗਾ। ਸੋ ਪਹਿਲਾਂ ਆਪਾਂ ਟੀਮ ਨਾਲ ਗੱਲਬਾਤ ਕਰਦੇ ਹਾਂ ਜੀ। ਲਓ ਜੀ, ਮਿਲੋ ਸਾਡੀ ਟੀਮ ਨੂੰ। ਸਤਿ ਸ਼੍ਰੀ ਅਕਾਲ ਮਹਾਰਾਜ। ਸਤਿ ਸ਼੍ਰੀ ਅਕਾਲ ਜੀ। ਸੋ ਸ਼ੁਰੂ ਕਰਦੇ ਹਾਂ, ਪਹਿਲਾਂ ਆਪਾਂ ਦੀਪ ਬਾਈ ਤੋਂ ਕਰੀਏ ਸ਼ੁਰੂ, ਨਾ, ਦੀਪ ਬਾਈ ਤੋਂ ਕਰੀਏ, ਹੈ ਨਾ, ਸਹੀ ਹੈ। ਸੋ ਦੀਪ ਬਾਈ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਮੈਨੂੰ, ਮੈਂ ਅੱਜ ਵੀ ਜ਼ਿਆਦਾ, ਮਤਲਬ 8 ਮਹੀਨੇ ਹੋ ਗਏ ਮੈਨੂੰ ਫੋਨ ਆਇਆ ਸੀ ਦੀਪ ਦਾ। ਸੋ ਦੀਪ ਬਾਈ, ਉਹ ਤੋਂ ਪਹਿਲਾਂ ਦੀ ਤੁਹਾਨੂੰ ਕੀ ਤਾਂ ਸਰਤਾਜ ਦਾ ਫੋਨ ਆਇਆ ਸੀ, ਕੀ ਗੱਲ ਸੀਗੀ? ਮੈਂ ਦੱਸਦਾ, ਹਾਂਜੀ, ਮੈਂ ਅਤੇ ਸਮਾਗ ਅਸੀਂ ਟਰਾਈ ਕਰ ਰਹੇ ਸੀ ਵੀ ਆਪਾਂ ਕੋਈ ਇੱਦਾਂ ਦਾ ਚੈਨਲ ਲਾਂਚ ਕਰੀਏ ਵੀ ਜਿੱਥੇ ਨਿਊਜ਼ ਹੋਣ ਜਾਂ ਪੰਜਾਬੀ ਮੀਡੀਆ ਹੋਵੇ, ਹੈ ਨਾ, ਸਾਰਾ ਕੁਛ। ਅਸੀਂ ਉਹ 'ਤੇ ਕੰਮ ਕਰੀ ਜਾਂਦੇ ਸੀ, ਬਟ ਸਾਨੂੰ ਸਮਝ ਨਹੀਂ ਆ ਰਹੀ ਸੀ ਵੀ ਸ਼ੁਰੂ ਕਿੱਥੋਂ ਕਰੀਏ ਅਸੀਂ ਕੋਈ ਵੀ ਚੈਨਲ। ਫਿਰ ਇੱਕ ਦਿਨ ਮੈਨੂੰ ਅਨਮੋਲ ਦਾ ਫੋਨ ਆਇਆ ਵੀ ਇੱਦਾਂ ਕਰਕੇ ਵੀਰੇ, ਵੀ ਅਸੀਂ ਇੰਡੀਆ ਤੋਂ ਹਜੇ ਹੁਣੀ ਆਏ ਹਾਂ ਅਤੇ ਸਾਨੂੰ, ਅਸੀਂ ਕੋਈ ਇੱਦਾਂ ਦੀ ਵੈਬ ਸੀਰੀਜ਼ ਬਣਾਉਣਾ ਚਾਹੁੰਦੇ ਹਾਂ ਵੀ ਸਾਨੂੰ ਸ਼ੌਂਕ ਹੈ ਇਹ ਚੀਜ਼ ਦਾ। ਅਤੇ ਮੈਨੂੰ ਰਾਈਟ ਵੇ ਨੂੰ ਮੈਂ ਕਿਹਾ, ਮੈਂ ਵੀਰੇ ਫੋਨ ਕੱਟ, ਮੈਨੂੰ ਉਹਦਾ ਐਡਰੈਸ ਦੇ। ਅਤੇ ਮੈਂ ਉਦਣ ਸ਼ਾਮ ਨੂੰ ਮੈਂ ਆ ਗਿਆ, ਉਦਣ ਹੀ ਮੈਂ 2-3 ਘੰਟਿਆਂ 'ਚ ਆ ਗਿਆ ਮੈਂ ਇਹਦੇ ਕੋਲ। ਮੈਨੂੰ ਆ ਕੇ ਇਹਨੇ ਮੈਨੂੰ ਸਟੋਰੀ ਸੁਣਾਈ, ਸਟੋਰੀ ਬਹੁਤ ਵਧੀਆ ਸੀ। ਤੁਸੀਂ ਵੀ ਜਦੋਂ ਬੰਦਾ ਸੁਣਦਾ 3 ਮਿੰਟ 'ਚ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਬਹੁਤ ਵਧੀਆ ਸਟੋਰੀ ਆ। ਫਿਰ ਮੈਂ ਰਾਈਟ ਵੇ, ਜਿਵੇਂ ਇਹਨੇ ਅਨਮੋਲ ਨੇ ਮੈਨੂੰ ਉਦਣ ਸਟੋਰੀ ਸੁਣਾਈ ਵੈਬ ਸੀਰੀਜ਼ ਦੀ, ਮੈਂ ਰਾਈਟ ਵੇ ਮੈਂ ਸਮਾਗ ਨੂੰ ਫੋਨ ਕੀਤਾ, ਮੈਂ ਕਿਹਾ ਵੀ ਆ ਤੈਨੂੰ ਕਿਸੇ ਬੰਦਿਆਂ ਨਾਲ ਮਿਲਾਉਣਾ, ਅਤੇ ਵੀ ਬਹੁਤ ਘੈਂਟ ਕੰਮ ਕਰੀ ਜਾਂਦੇ ਆ ਮੁੰਡੇ। ਓਕੇ ਓਕੇ। ਇੱਦਾਂ ਫਿਰ ਮੈਂ ਸਮਾਗ ਨਾਲ ਮੈਂ ਅਨਮੋਲ ਦਾ ਕੰਟੈਕਟ ਕਰਾਤਾ, ਉਦੋਂ ਮੁੜ ਕੇ ਫਿਰ ਸਮਾਗ ਦੱਸੂ ਅੱਗੇ ਵੀ ਕਿਵੇਂ। ਸੋ ਮੈਨੂੰ ਜ਼ਿਆਦਾ ਵੀ ਮੈਂ ਟਰੱਕ ਪਾਰਕ ਲਾਈ ਜਾਣਾ ਸੀ, ਬੈਕ ਲਾਈ ਜਾਣਾ ਸੀ, ਉਹਦਾ ਟਾਈਮ ਬਹੁਤ ਹੋਇਆ ਪਿਆ ਸੀ ਅਤੇ ਸਿਆਲਾਂ ਦੀਆਂ ਰਾਤਾਂ ਹੀ ਸੀ। ਸੋ ਮੈਂ ਦੀਪ ਦਾ ਫੋਨ ਆਇਆ, ਕਿਉਂਕਿ ਮੈਂ ਚੈਨਲ ਸ਼ੁਰੂ ਕਰਨਾ ਚਾਹੁੰਦਾ ਸੀ, ਕੋਈ ਜਿੱਦਾਂ ਨਿਊਜ਼ ਚੈਨਲ ਮੇਰੇ ਹੈਗਾ ਸੀ ਵੀ ਸਾਰੇ ਚਿਹਰਿਆਂ ਨੂੰ ਲੈ ਕੇ ਆਵਾਂ, ਜਿਹਦੇ 'ਚ ਚੰਗੇ ਬਲੌਗਰ ਸਾਰੇ ਹੋਣ, ਚਿਹਰੇ ਬਣੇ ਹੋਏ ਨੇ, ਜਿਹਨਾਂ ਦੇ ਕੋਲ ਸਬਸਕ੍ਰਾਈਬ ਵੀ ਚੰਗੇ ਨੇ। ਚਲੋ ਮੇਰੀ ਸਟ੍ਰੈਟਜੀ ਸੀ ਵੀ ਹਾਂ ਚੱਲ ਲੋਕਾਂ ਤੱਕ ਰੀਚ ਕਰਾਂਗੇ ਆਪਾਂ, ਅਤੇ ਮੈਂ ਉਹਦਾ ਨਾਮ ਵੀ ਰੱਖ ਲਿਆ ਸੀ ਰੀਅਲ ਕੈਨੇਡੀਅਨ ਸਮਥਿੰਗ, ਅਸੀਂ ਲੱਭ ਰਹੇ ਸੀ ਇੱਦਾਂ। ਅਤੇ ਮੈਂ ਈਵਨ ਫੈਂਟਮ ਸਾਰਿਆਂ ਨੇ ਗੱਲਬਾਤ ਕਰ ਲਈ ਸੀ, ਸਾਰਿਆਂ ਨੂੰ ਕਹਿਤਾ ਸੀ ਮੈਂ ਹਾਂ ਜਦ ਮੈਨੂੰ ਲੋੜ ਪਊਗੀ ਨਹੀਂ ਫਿਊਚਰ। ਅਤੇ ਜਦੋਂ ਇਹਦਾ ਫੋਨ ਆਇਆ ਮੈਂ ਕਹਿੰਦਾ ਵੀ ਚਲੋ ਮੈਂ ਨਹੀਂ ਕਰ ਸਕਦਾ, ਮੇਰਾ ਤਾਂ ਚੈਨਲ ਆ, ਵੀ ਚਲੋ ਆਪਾਂ ਉਹ ਚੈਨਲ 'ਤੇ ਕੋਈ ਇੱਦਾਂ ਦਾ ਸਟਾਰਟ ਕਰ ਸਕਦੇ ਹਾਂ। ਚਲੋ ਫਿਰ ਮੈਂ ਇਹਦਾ ਫੋਨ ਆਇਆ, ਮੈਂ ਕਿਹਾ ਵੀ ਮੈਂ ਟਰੱਕ ਬੈਗ ਲਾ ਕੇ ਮੈਂ ਵੀ ਆਉਣਾ। ਟਰੱਕ ਬੈਗ ਲਾਇਆ, ਅਸੀਂ ਪਹੁੰਚੇ ਸਰਤਾਜ ਕੋਲ, ਅਤੇ ਉਸੇ ਦਿਨ ਹੀ ਪਹੁੰਚ ਗਏ ਸੀ ਅਤੇ ਗੱਲਬਾਤ ਕੀਤੀ, ਫਿਰ ਬਹਿ ਕੇ ਭਾਈ ਸਟੋਰੀ ਸੁਣੀ, ਅਤੇ ਸਟੋਰੀ ਸੁਣ ਕੇ ਮੈਨੂੰ ਲੱਗਿਆ ਵੀ ਹਰ ਇੱਕ ਦੀ, ਮੇਰੀ ਆਪਦੀ ਵੀ ਸਟੋਰੀ ਹੈ ਇਹ, ਵੀ ਹਰ ਇੱਕ ਉਹ ਸਟੂਡੈਂਟ ਦੀ ਜਿਹੜਾ ਇੱਥੇ ਪ੍ਰੋਬਲਮ ਫੇਸ ਕਰਦਾ। ਸੋ ਮੈਂ ਇਹ ਟਾਈਮ ਕਹਿੰਦਾ ਵੀ ਚੱਕ ਦੇ ਫੱਟੇ ਭਾਈ ਸੀ ਨਾਲ, ਠੀਕ ਆ। ਸੋ ਸਰਤਾਜ ਨੂੰ ਹੁਣ ਮੇਰੇ ਕੁਛ ਸਵਾਲ ਨੇ ਸਰ, ਠੀਕ ਆ ਜੀ, ਕਿਉਂਕਿ ਤੁਹਾਡੀ ਸਟੋਰੀ ਈਵਨ ਹਜੇ ਲੋਕਾਂ ਸਾਹਮਣੇ ਆਉਣੀ ਆ, ਅਤੇ ਵੀ ਇਹ ਕਨਸੈਪਟ ਕੀ ਸੀ, ਕਿੱਥੋਂ ਸੋਚਿਆ, ਕਦੋਂ ਦਿਮਾਗ 'ਚ ਆਇਆ, ਲਿਖਣ ਦਾ ਸ਼ੌਂਕ ਵੀ ਤੁਹਾਨੂੰ ਜਾਂ ਤੁਹਾਡੇ ਨਾਲ ਇੱਕ ਟੀਮ, ਸਾਡੇ ਮੈਂਬਰ ਹੋਰ ਵੀ ਨੇ ਕੰਮ 'ਤੇ ਗਏ ਹੋਏ ਨੇ ਸ਼ਿਫਟਾਂ ਦੇ, ਅਤੇ ਕਿਉਂਕਿ ਪ੍ਰਭ ਦਾ ਵੀ ਵਿੱਚ ਰਹਿ ਗਿਆ, ਕਿਉਂਕਿ ਪ੍ਰਭ ਵੀ ਕਿਵੇਂ ਆਇਆ ਵੀ ਦੱਸਾਂਗੇ, ਕਿਉਂਕਿ ਉਹ ਜਦੋਂ ਮੈਨੂੰ ਫੋਨ ਆਇਆ ਸੀਗਾ ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਚਿਹਰਾ ਪ੍ਰਭ ਦਾ ਆਇਆ ਸੀ ਵੀ ਐਕਟਿੰਗ ਲਈ, ਕਿਉਂਕਿ ਮੈਂ ਤਾਂ ਤੁਹਾਨੂੰ ਪਤਾ ਉਦੋਂ ਮੈਂ ਭਾਰੀ ਵੀ ਬਾਹਲਾ ਸੀਗਾ, ਹੁਣ ਤਾਂ ਮੈਂ ਫਿੱਟ ਹਾਂ, ਹੁਣ ਮੈਂ ਐਕਟਿੰਗ ਕਰ ਸਕਦਾ ਰੋਲ। ਉਦੋਂ ਮੇਰੇ ਦਿਮਾਗ 'ਚ ਆਇਆ ਵੀ ਸਭ ਤੋਂ ਵੀ ਪ੍ਰਭ ਬੰਦਾ ਇਹਦੇ ਲਈ ਫਿੱਟ ਆ, ਜੇ ਮੇਨ ਕੰਮ ਕਰਨਾ ਸਾਰੇ ਕੁਛ ਲਈ, ਵੀ ਆਪਣੀ ਟੀਮ 'ਚ ਹੋਰ ਕੌਣ ਐਡ ਹੋ ਸਕਦਾ। ਸੋ ਪ੍ਰਭ ਦਾ ਨਾਂ ਸੀਗਾ, ਮੈਂ ਮੈਸੇਜ ਵੀ ਛੱਡਤਾ ਸੀ ਇਹਨੂੰ, ਪਰ ਮੈਂ ਉਹ ਤੋਂ ਪਹਿਲਾਂ ਸਰਤਾਜ ਵਾਲੇ ਪਹੁੰਚਿਆ। ਸੋ ਸਰਤਾਜ ਲਈ ਇਹੀ ਸਵਾਲ ਆ ਸਰ, ਤੁਹਾਡੇ ਦਿਮਾਗ 'ਚ ਕਦੋਂ ਆਈਡੀਆ ਹੈ ਅਤੇ ਕੀ ਕਨਸੈਪਟ ਆ ਸਾਰੀ ਚੀਜ਼ ਦਾ? ਹਾਂਜੀ, ਐਕਚੁਅਲੀ ਵੀਰੇ ਅਸੀਂ ਨਾ ਮਤਲਬ ਇੰਡੀਆ 'ਚ ਪਹਿਲਾਂ ਤੋਂ ਹੀ ਇਹੋ ਜਿਹਾ ਕੁਛ ਕਰਦੇ ਰਹਿੰਦੇ ਸੀ, ਗਾਣਿਆਂ ਦਾ, ਸ਼ੋਰਟ ਫਿਲਮਾਂ ਦਾ, ਕਾਲਜ
ਮੈਂ ਕਿਹਾ ਵੀ ਹਾਲੇ ਤਾਂ ਗਏ ਵੀ ਨਹੀਂ, ਇੱਕ ਦੋ ਔਖੇ ਇੰਨੇ ਹੋਏ ਹੋਏ ਸੀ ਨਾ, ਉਹ ਨਹੀਂ ਸੀ ਆ ਰਿਹਾ, ਕੋਵਿਡ ਕਰਕੇ ਕੋਈ ਫਲਾਈਟ ਨਹੀਂ ਚੱਲ ਰਹੀ, ਕੁਛ ਨਹੀਂ ਚੱਲ ਰਿਹਾ, ਅਤੇ ਮੈਂ ਕਿਹਾ ਵੀ ਹਾਲੇ ਤਾਂ ਆਪਾਂ ਗਏ ਵੀ ਨਹੀਂ ਹੈਗੇ, ਵੀ ਕੋਈ ਨਹੀਂ ਬਣਾ ਲਵਾਂਗੇ ਆਪਾਂ ਦੇਖਦੇ ਹਾਂ, ਮਤਲਬ ਦਿਮਾਗ 'ਚ ਆਈਡੀਆ ਸੀਗਾ ਸਾਡੇ ਵੀ ਕੁਛ ਕਰਾਂਗੇ। ਚਲੋ ਉਸ ਤੋਂ ਬਾਅਦ ਬੇਸਿਕ ਬੇਸਿਕ ਪਲੋਟ ਜਿਹਾ ਉਹਦਾ ਉਹਨੇ ਲਿਖ ਲਿਆ ਇੱਕ ਦਿਨ ਰਾਤ ਨੂੰ, ਮੈਨੂੰ ਸੁਣਾ ਤਾ ਫੋਨ 'ਤੇ, ਮੈਂ ਕਿਹਾ ਵਧੀਆ ਆਪਾਂ ਕਰ ਲਵਾਂਗੇ ਜੇ ਫਿੱਟ ਬੈਠਿਆ। ਚਲੋ ਅਸੀਂ ਆ ਗਏ, ਮੈਨੂੰ ਯਾਦ ਆ 4 ਅਗਸਤ ਨੂੰ ਅਸੀਂ ਆਏ ਸੀਗੇ, ਅਤੇ ਉਸ ਤੋਂ ਮਹੀਨੇ ਬਾਅਦ ਹੀ ਅਸੀਂ ਇੱਕ ਤਾਂ ਨਾ, ਹਾਂ ਜਦੋਂ ਅਸੀਂ ਉੱਥੋਂ ਆ ਰਹੇ ਸੀ, ਆਉਣ ਤੋਂ ਪਹਿਲਾਂ ਜਿਵੇਂ ਬੰਦਾ ਵੀਡੀਓ ਦੇਖਦਾ ਰਹਿੰਦਾ ਨਾ ਵੀ ਕੀ ਕਰੀਏ ਕੀ ਕਰੀਏ, ਸ਼ੁਰੂ ਤੋਂ ਹੀ ਸਾਡੇ ਮਨ 'ਚ ਇਹ ਸੀਗਾ ਵੀ ਯਾਰ ਕੁਛ ਜਿੰਨਾ ਕੁ ਵੀ ਕਰਾਂਗੇ ਥੋੜ੍ਹਾ ਕਰਾਂਗੇ ਭਾਵੇਂ ਪਰ ਆਪਦਾ ਕਰਾਂਗੇ। ਤਾਂ ਉਦੋਂ ਤੁਹਾਡੇ ਚੈਨਲ 'ਤੇ ਵੀਡੀਓ ਪਾਈ ਤੁਸੀਂ ਦੀਪ ਵੀਰੇ ਨਾਲ, ਹਾਂਜੀ ਹਾਂਜੀ, ਅਤੇ ਵੀ ਆਪਦਾ ਬਿਜ਼ਨਸ ਸ਼ੁਰੂ ਕਰੀਏ ਆ ਹੈ ਨਾ। ਪਹਿਲਾਂ ਮੈਂ ਇੰਡੀਆ ਤੋਂ ਮੈਸੇਜ ਕੀਤਾ ਵੀਰੇ ਨੂੰ, ਅਤੇ ਉਦੋਂ ਸ਼ਾਇਦ ਵੀਰੇ ਨੇ ਦੇਖਿਆ ਨਹੀਂ ਹੋਣਾ, ਰਿਸਪੋਂਸ ਨਹੀਂ ਸੀ ਆਇਆ ਮੈਨੂੰ ਬੈਕ ਹੈ ਨਾ। ਚਲੋ ਮੈਂ ਵੀ ਇਹਨਾਂ ਧਿਆਨ ਦਿੱਤਾ, ਮੈਂ ਕਿਹਾ ਚਲੋ ਜਦ ਜਾਵਾਂਗੇ ਉਦੋਂ ਦੇਖ ਲਾਂਗੇ। ਫਿਰ ਮੈਂ ਇੱਥੇ ਆ ਕੇ ਪਹੁੰਚ ਕੇ ਕੀਤਾ ਮੈਸੇਜ ਹੈ ਨਾ। ਅਸਲ 'ਚ ਮੈਸੇਜ ਮੈਂ ਕੀਤਾ ਤਾਂ ਸੀ, ਮੈਨੂੰ ਇਹ ਸੀਗਾ ਵੀ ਵੈਬ ਸੀਰੀਜ਼ ਦਾ ਕੰਮ ਵੱਡਾ, ਵੀ ਉਹ ਤਾਂ ਸ਼ਾਇਦ ਹਲੇ ਨਾ ਹੀ ਹੋ ਪਾਵੇ, ਵੀ ਆਪਦਾ ਇਹ ਕੰਮ ਕਾਰ ਦਾ ਹੀਲਾ ਕਰੀਏ ਹੈ ਨਾ ਕੋਈ। ਅਤੇ ਮੈਂ ਵੀਰੇ ਨੂੰ ਮੈਸੇਜ ਕੀਤਾ, ਚਲੋ ਵੀਰੇ ਨੇ ਨੰਬਰ ਦਿੱਤਾ, ਅਸੀਂ ਫੋਨ 'ਤੇ ਗੱਲ ਕੀਤੀ। ਮੈਂ ਪਹਿਲਾਂ ਦਰਅਸਲ ਇਹ ਪੁੱਛਿਆ ਸੀ ਵੀਰੇ ਵੀ ਕੋਈ ਬਿਜ਼ਨਸ ਹੈਗਾ ਅਸੀਂ 4 ਜਣੇ ਹਾਂ ਵੀ ਜਿਹੜੇ ਅਸੀਂ ਕਰ ਸਕੀਏ। ਓਕੇ, ਅਤੇ ਵੀਰੇ ਨੇ 2-3 ਆਪਸ਼ਨਾਂ ਦੱਸੀਆਂ, ਫਿਰ ਮੈਂ ਵੀਰੇ ਨੂੰ ਦੱਸਿਆ ਮੈਂ ਮਾੜਾ ਮੋਟਾ ਡਿਜੀਟਲ ਮਾਰਕੀਟਿੰਗ ਦਾ ਵੀ ਮੈਨੂੰ ਮਾੜਾ ਮੋਟਾ ਆਉਂਦਾ, ਵੀ ਉਹ 'ਚ ਵੀ ਕੁਛ ਕਰ ਸਕਦੇ ਹਾਂ। ਵੀਰੇ ਨੇ ਉਹਦੀਆਂ ਆਪਸ਼ਨਾਂ ਵੀ ਦੱਸੀਆਂ, ਇੱਕ ਲੀਡ ਜਨਰੇਸ਼ਨ ਦਾ ਦੱਸਿਆ ਤੁਸੀਂ ਮੈਨੂੰ ਹੈ ਨਾ, ਵੀ ਉਹ ਕਰ ਸਕਦੇ ਹਾਂ। ਅਤੇ ਚਲੋ ਉਸ ਤੋਂ ਬਾਅਦ ਫਿਰ ਨਾ ਫੋਨ ਕੱਟਦੇ ਕੱਟਦੇ ਮੇਰੇ ਕੋਈ ਰੈਂਡਮਲੀ ਗੱਲ ਦਿਮਾਗ 'ਚ ਆਈ, ਮੈਂ ਕਿਹਾ ਵੀਰੇ ਇੱਕ ਵੈਬ ਸੀਰੀਜ਼ ਦਾ ਕਨਸੈਪਟ ਵੀ ਹੈ ਸਾਡੇ ਦਿਮਾਗ 'ਚ ਹੈ ਨਾ। ਵੀਰਾ ਕਹਿੰਦਾ ਵੀ ਕੀ ਤੁਸੀਂ ਲਿਖੀ ਹੋਈ ਆ? ਮੈਂ ਕਿਹਾ ਮੈਨੂੰ ਐਗਜੈਕਟ ਯਾਦ ਆਊ ਠੀਕ ਵੀ ਤੁਸੀਂ ਲਿਖੀ ਹੋਈ ਆ। ਮੈਂ ਕਿਹਾ ਪੂਰੀ ਨਹੀਂ ਲਿਖੀ ਹੋਈ ਹਲੇ? ਮੈਂ ਕਿਹਾ ਹਾਂਜੀ ਲਿਖੀ ਹੋਈ ਆ। ਕਹਿੰਦੇ ਬਣਾਊਗਾ ਕੌਣ? ਮੈਂ ਕਿਹਾ ਅਸੀਂ ਵੀ। ਕਹਿੰਦੇ ਬਣਾ ਲਉਂਗੇ? ਮੈਂ ਕਿਹਾ ਹਾਂ। ਕਹਿੰਦੇ ਚਲੋ ਮੈਂ ਆ ਗਿਆ ਤੁਹਾਡੇ ਕੋਲ ਅੱਜ ਸ਼ਾਮ ਨੂੰ। ਉਸੇ ਦਿਨ ਹੀ ਵੀਰਾ ਆ ਗਿਆ ਸ਼ਾਮ ਨੂੰ, ਅਤੇ ਮੈਂ ਅਮਨ ਨੂੰ ਉਠਾਲਿਆ, ਮੈਂ ਕਿਹਾ ਵੀ ਐਂ ਕਰਕੇ ਵੀ ਹੋ ਸਕਦਾ, ਆਪਣਾ ਕੰਮ ਬਣ ਸਕਦਾ ਵੀ ਆਪਾਂ ਦੇਖਦੇ ਹਾਂ। ਚਲੋ ਉਸੇ ਦਿਨ ਫਿਰ ਤੁਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਮਿਲ ਲਏ, ਅਤੇ ਫਿਰ ਸਾਰੀ ਮੀਟਿੰਗ ਹੋਈ। ਅਗਲੇ ਦਿਨ ਫਿਰ ਪ੍ਰਭ ਨੂੰ ਫੋਨ। ਹਾਂਜੀ ਹਾਂਜੀ, ਹੁਣ ਪ੍ਰਭ ਤੇ ਆਉਂਦੇ ਆ ਜੀ, ਕਿਉਂਕਿ ਸਾਡੇ ਉੱਥੇ ਮੇਰੇ ਡਾਇਰੈਕਟਰ ਸਾਹਿਬ ਨੇ, ਇਹ ਪ੍ਰੋਡਿਊਸਰ ਨੇ, ਇਹ ਐਕਟਰ ਨੇ, ਮੈਂ ਕੱਖ ਨਹੀਂ 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 ਸੋ ਪ੍ਰਭ ਬਾਈ ਜੀ, ਇਹਨਾਂ ਨੂੰ ਮੈਂ ਮੈਸੇਜ ਛੱਡਤਾ ਸੀ। ਮੈਂ ਕਿਹਾ ਪ੍ਰਭ ਬਾਈ, ਕਿਉਂਕਿ ਉਹ ਤੋਂ ਪਹਿਲਾਂ ਵੀ ਗੱਲਾਂ ਹੋ ਗਈਆਂ ਸੀ, ਮੈਂ ਯਾਰ ਮੈਂ ਕੋਈ ਚੈਨਲ ਬਣਾ ਰਿਹਾ ਪੰਜਾਬੀ ਦਾ, ਜਿਵੇਂ ਪ੍ਰਾਈਮ ਏਸ਼ੀਆ ਟਾਈਪ ਆ, ਮੇਰਾ ਹੁਣ ਵੀ ਸੁਪਨਾ ਹੈਗਾ ਇਨ ਫਿਊਚਰ ਮੈਂ ਕਰ ਲੂੰ, ਮੇਰੇ ਵੱਲ ਮੇਰਾ ਹੈਗਾ ਸੀਗਾ ਵੀ ਮੈਂ ਕੋਈ ਚੈਨਲ ਬਣਾਵਾਂ ਇੱਦਾਂ ਦਾ। ਮੈਂ ਉਹਨੂੰ ਕਿਹਾ ਸੀ, ਮੈਂ ਪ੍ਰਭ ਨੂੰ ਕਹਿਤਾ ਸੀ ਮੈਂ ਯਾਰ ਕਰੀਏ, ਉਹ ਜਿਵੇਂ ਆਪਾਂ ਕਹਿੰਦੇ ਵੀ ਠੀਕ ਆ ਕਰ ਲਾਂਗੇ ਨਾ, ਕਿਉਂਕਿ ਆਪਣਾ ਪਤੀ ਆ। ਉਹ ਤੋਂ ਬਾਅਦ ਫਿਰ ਮੈਂ ਇਸ ਸੰਬੰਧ 'ਚ ਵੀ ਮੈਸੇਜ ਕਰਤਾ ਸੀ। ਦੱਸੋ ਮਹਾਰਾਜ, ਅਸਲ 'ਚ ਗੱਲ ਆਹੀ ਹੋਈ ਸੀ ਕਿ ਮੈਂ ਨਾ ਮਿੰਟੂ ਨੂੰ ਪਹਿਲਾਂ ਕਹਿੰਦਾ ਰਹਿੰਦਾ ਸੀ ਕਿ ਆਪਾਂ ਕੋਈ ਵੀਡੀਓ ਬਣਾਈਏ, ਕਿਉਂਕਿ ਇਹਨੇ ਜਦੋਂ ਮੇਰੇ ਨਾਲ ਵੀਡੀਓ ਬਣਾਈ ਮੇਰੇ ਚੈਨਲ 'ਤੇ, ਲੇਕਿਨ ਮੇਰੇ ਪਹਿਲਾਂ ਰਿਸਪੋਂਸ ਨਹੀਂ ਸੀ ਇੰਨਾ ਜ਼ਿਆਦਾ ਹੁੰਦਾ, ਜਦੋਂ ਇਹਨੇ ਵੀਡੀਓ ਬਣਾਈ ਤਾਂ ਉਹ ਚੈਨਲ ਇੱਕੋ ਦਮ ਬੂਮ ਕਰ ਗਿਆ, ਲਾਈਕ ਮੇਰੇ 5000 ਸਬਸਕ੍ਰਾਈਬਰ ਸੀ ਇਹਦੇ। ਇੱਥੇ ਮੈਂ ਕੱਟਦਾ ਬਾਈ ਦੀ ਗੱਲ, ਕਿਉਂਕਿ ਮੈਂ ਇੱਥੇ ਗੱਲ ਕਵਰ ਕਰਨਾ ਚਾਹੁੰਦਾ, ਕਿਉਂਕਿ ਇਹ ਜਿਹੜੀਆਂ ਵੀਡੀਓ ਸੀਗੀਆਂ ਨਾ ਪਿਛਲੀਆਂ, ਜਿਵੇਂ PR ਅਤੇ ਕਿੱਦਾਂ ਕਿਵੇਂ ਜਿਹੜੀ PR2 PR, ਇਹਨੇ ਇੰਨਾ ਸੋਹਣਾ ਬਣਾਇਆ ਸੀ ਪਰ ਰੀਚ ਨਹੀਂ ਸੀਗੀ ਕਿਤੇ ਨਾ ਕਿਤੇ। ਜਦੋਂ ਮੇਰੇ ਚੈਨਲ 'ਤੇ ਮਾੜਾ ਜਾਇਆ, ਲੋਕ ਗਏ ਤਾਂ 10-20 ਗਏ ਹੋਣਗੇ, ਉਹ ਸ਼ੇਅਰ ਹੋ ਗਈ ਅਤੇ ਫਿਰ ਚੱਲ ਪਿਆ ਕੰਮ। ਉਹ ਮੇਰੇ 5000 ਸਬਸਕ੍ਰਾਈਬਰ ਸੀ ਮੈਨੂੰ ਹਜੇ ਤੱਕ ਯਾਦ ਆ, ਅਤੇ ਜਦੋਂ ਇਹਨਾਂ ਦੇ ਬਾਈ ਦੇ ਚੈਨਲ 'ਤੇ ਵੀਡੀਓ ਪਾਈ, ਅਗਲੇ ਦਿਨ ਮੇਰੇ 9000, ਉਸ ਤੋਂ ਅਗਲੇ ਦਿਨ 12000, ਫਿਰ ਉਸ ਤੋਂ ਬਾਅਦ ਨਹੀਂ ਰੁਕਿਆ। ਅਤੇ ਉਦੋਂ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਆਪਾਂ ਨਾ ਇੱਕ ਸ਼ਾਰਟ ਫਿਲਮ ਬਣਾਈਏ, ਮੈਂ ਲਿਖੀਆਂ ਹੋਈਆਂ ਸੀ 2-3, ਅਤੇ ਮੈਂ ਇੱਕ ਸ਼ਾਰਟ ਫਿਲਮ ਬਣਾਈ ਵੀ ਸੀ, ਅਤੇ ਉਹ ਮਤਲਬ ਆਪ ਹੀ ਫੋਨ 'ਤੇ ਇੱਧਰ ਉੱਧਰ ਕਰਕੇ ਬਣਾ ਲਈ। ਹਾਂ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਆਪਾਂ ਬਣਾਈਏ ਇੱਕ ਹੋਰ ਸ਼ਾਰਟ ਫਿਲਮ। ਇਹ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ ਹੁੰਦਾ। ਅਤੇ ਜਦੋਂ ਫਿਰ ਇਹਨਾਂ ਨੇ ਵੈਬ ਸੀਰੀਜ਼ ਬਾਰੇ ਦੱਸਿਆ, ਅਤੇ ਉਹਦੇ ਬਾਈ ਨੇ ਮੈਨੂੰ ਮੈਸੇਜ ਕੀਤਾ, ਪਹਿਲਾਂ ਤੁਸੀਂ ਸਟੋਰੀ ਪਾਈ ਸੀ ਇੱਕ, ਤੁਹਾਨੂੰ ਯਾਦ ਆ? ਮੈਂ ਤਾਂ ਉਹਨੂੰ ਗੋਲਿਆ ਨਹੀਂ, ਮੈਂ ਤੁਹਾਨੂੰ ਕਹਾਂ ਮੈਂ ਨਹੀਂ ਉਹਨੂੰ ਗੋਲਿਆ। ਮੈਂ ਕਿਹਾ ਚਲੋ ਠੀਕ ਆ ਕੋਈ ਨਾ, ਜੇ ਕਹਿਣਗੇ ਤਾਂ ਕਰ ਲਾਂਗੇ। ਕਰਤਾ ਤਾਂ ਮੈਂ ਇਹਨਾਂ ਕੋਲ ਆਇਆ ਸੀ, ਦੋਨਾਂ ਕੋਲ ਮੈਂ ਜਦੋਂ ਮੈਂ ਵੀ ਵੈਬ ਸੀਰੀਜ਼ ਬਣਾ ਰਿਹਾ, ਸਾਨੂੰ ਐਕਟਰ ਕੁੜੀਆਂ ਮੁੰਡੇ ਸਾਨੂੰ ਸਾਰੇ ਚਾਹੀਦੇ ਆ, ਸਟੋਰੀ ਪਾਈ ਸੀ। ਇੱਕ ਐਕਟਰ ਪੂਰੇ ਤਕੜੇ ਸੀ, ਕਹਿੰਦੇ ਐਵੇਂ ਮਾਰੀ ਦੇ ਨੇ, ਮਤਲਬ ਉੱਦਾਂ, ਕਿਉਂਕਿ ਬਾਈ ਦੀ ਹੁਣ ਲੁੱਕ ਵੀ ਹੈਗੀ ਆ ਸੋਹਣੀ ਆ, ਵੀ ਮੈਨੂੰ ਸੀਗਾ ਵੀ ਚਿਹਰਾ ਹੈ ਐਕਟਰਾਂ ਦਾ, ਵੀ ਸੋਹਣਾ ਕਰ ਸਕਦਾ, ਬਾਕੀ ਐਕਟਿੰਗ ਦਾ ਕੀੜਾ ਹੈਗਾ ਸੋਹਣੀ, ਬਾਕੀ ਤੁਸੀਂ ਵੈਬ ਸੀਰੀਜ਼ ਦੇਖਿਓ, ਮੇਰੀ ਐਕਟਿੰਗ ਦੇਖ ਲਓ, ਨਾਲੇ ਇਹਦੀ ਦੇਖ ਲਿਓ, ਅਤੇ ਫਰਕ ਹੁੰਦਾ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਕਿਹਾ, ਅਤੇ ਮੈਂ ਅਨਮੋਲ ਦਾ ਕੰਟੈਕਟ ਸ਼ੇਅਰ ਹੋਇਆ, ਮੈਂ ਆਇਆ ਮਿਲਿਆ, ਇਹਨਾਂ ਨੇ ਮੈਨੂੰ ਸਟੋਰੀ ਵਗੈਰਾ ਦੱਸੀ, ਘੈਂਟ ਮੈਨੂੰ ਲੱਗੀ ਹੈ ਨਾ। ਓਕੇ, ਅਤੇ ਮੈਨੂੰ ਕਹਿੰਦੇ ਵੀ ਆਪਾਂ ਕਰੀਏ, ਮੈਂ ਕਿਹਾ ਚਲੋ ਕਰੀਏ। ਓ ਕਹਿੰਦੇ ਅੱਛਾ, ਅਤੇ ਬੰਦੇ? ਮੈਂ ਕਿਹਾ ਬੰਦੇ ਤਾਂ ਤੁਸੀਂ ਲੱਭਣੇ, ਮੈਂ ਥੋੜ੍ਹਾ ਲੱਭਣਾ ਹੈ ਹੁਣ। ਕਹਿੰਦੇ ਨਹੀਂ, ਅਸੀਂ ਨਵੇਂ ਆ, ਸਾਨੂੰ ਨਹੀਂ ਪਤਾ ਵੀ ਕਾਸਟ ਤੂੰ ਲੱਭ। ਫਿਰ ਕਾਸਟ ਦਾ ਪੰਗਾ ਪੈ ਗਿਆ ਵੀ ਹੁਣ ਕਿੱਥੋਂ ਲੱਭੀਏ। ਫਿਰ ਮੈਂ ਇੱਕ ਦੋ ਸਟੋਰੀਆਂ ਪਾਈਆਂ, ਹੈ ਵੀ ਕੋਵਿਡ ਸੀ ਨਾ, ਕੋਵਿਡ ਸੀ, ਫਿਰ ਇੱਥੇ ਟਾਈਮ ਨਹੀਂ ਹੁੰਦਾ ਸਾਰੇ, ਕਿਉਂਕਿ ਹਰ ਇੱਕ ਇੱਥੇ ਬਣੇ ਬਣਾਏ
ਪਰ ਅਸੀਂ ਐਕਟਿੰਗ ਦਾ ਕੁਝ ਨਹੀਂ ਕੀਤਾ ਕੁਝ ਕਿ ਇੰਡੀਆ ਵੀ ਸੀਗੇ ਇੰਡੀਆ ਵੀ ਸੀ ਫਿਰ ਕਈਆਂ ਨੂੰ ਇਹ ਸੀ ਮੈਂ ਕਹਿੰਦਾ ਸੀ ਆਪਦੀ ਵੀਡੀਓ ਬਣਾ ਕੇ ਭੇਜੋ ਆਪਦਾ ਕੰਮ ਭੇਜੋ ਅਸੀਂ ਉਹ ਨਹੀਂ ਅਸੀਂ ਭੇਜ ਸਕਦੇ ਮੈਂ ਕਿਹਾ ਫਿਰ ਜੇ ਤੁਸੀਂ ਆਪਦੀ ਵੀਡੀਓ ਆਪ ਹੀ ਨਹੀਂ ਬਣਾ ਸਕਦੇ ਅਸੀਂ ਤੁਹਾਡੀ ਵੀਡੀਓ ਕਿੱਥੋਂ ਬਣਾ ਲਾਂਗੇ ਫਿਰ ਉਸ ਤੋਂ ਬਾਅਦ ਮੈਂ ਅਸੀਂ ਆਪ ਹੀ ਫਿਰ ਚਿਹਰੇ ਲੱਭੇ ਵੀ ਹਾਂ ਆਹ ਬੰਦਾ ਦੇਖ ਸਕਦੇ ਆਹ ਦੇਖ ਸਕਦੇ ਹਾਂ ਫਿਰ ਮੈਂ ਮੈਸੇਜ ਕੀਤੇ ਕਾਫੀਆਂ ਨੂੰ ਜਿੰਨਾ ਜਿੰਨਾ ਦੇ ਰਿਪਲਾਈ ਆ ਗਏ ਕਹਿ ਲਓ ਉਹਨਾਂ ਦੀ ਕਿਸਮਤ ਚਮਕੀ ਅਤੇ ਮਤਲਬ ਕਾਲ ਸਾਨੂੰ ਐਂ ਆ ਕਿ ਜਿੱਦਾਂ ਦਾ ਕਰੈਕਟਰ ਸੀ ਉਹ ਰੀਅਲ ਲਾਈਫ 'ਚ ਵੀ ਬੰਦਾ ਥੋੜ੍ਹਾ ਜਿਹਾ ਉੱਦਾਂ ਦਾ ਹੀ ਮਿਲ ਗਿਆ ਵੀ ਜਿਵੇਂ ਜਿਹੜਾ ਕਰੈਕਟਰ ਮੇਰਾ ਆ ਪਹਿਲਾਂ ਅਨਮੋਲ ਨੇ ਵੀ ਅਸਲ 'ਚ ਕਰਨਾ ਸੀ ਅਸੀਂ ਪੰਜ ਮੁੰਡੇ ਅਤੇ ਚਾਰ ਕੁੜੀਆਂ ਦੀ ਕਹਾਣੀ ਸੀ ਅਤੇ ਫਿਰ ਉਹ ਚੱਕਰ ਕੀ ਚੱਲ ਗਿਆ ਕੈਮਰਾ ਵਾਲਾ ਕਿਸੇ ਬੰਦੇ ਨਾਲ ਅਸੀਂ ਗੱਲ ਕੀਤੀ ਸੀ ਡਾਇਰੈਕਟਰ ਸਾਹਿਬ ਇਹੀ ਉਹਨੂੰ ਸਿੱਧਾ ਕਹਿ ਦਿਓ ਵੀ ਪੈਸੇ ਪੂਸੇ ਨਹੀਂ ਹੈਗੇ ਸਾਰਿਆਂ ਨੂੰ ਇਹੀ ਕਿਹਾ ਵੀ ਕਿਸੇ ਦੇ ਪੈਸੇ ਕਿਸੇ ਕੋਲ ਨਹੀਂ ਸੀ ਹੈਗੇ ਪੈਸੇ ਮੈਂ ਕਿਹਾ ਜਿੰਨਾ ਖਰਚਾ ਕਰ ਸਕਦੇ ਆਪ ਹੀ ਮਾੜਾ ਮੋਟਾ ਰਲ ਕੇ ਪੈਸੇ ਦੀ ਗੱਲ ਭਾਈ ਮੈਂ ਕਵਰ ਕਰ ਲੈਣਾ ਸੀ ਇਸ ਤਰ੍ਹਾਂ ਈਵਨ ਕਿ ਮੈਂ ਐਵੇਂ ਕਹਿੰਦਾ ਮੈਂ ਪੰਜੀ ਨਹੀਂ ਲਾਈ ਇਸ ਕਿਉਂਕਿ ਮੇਰਾ ਸੀਗਾ ਵੀ ਚਲੋ ਮੁੰਡੇ ਨੂੰ ਪੁੱਛ ਕਰ ਦਿਓ ਕਿ ਆਨੈਸਟਲੀ ਸੁਣੀ ਜਾਂਦੇ ਸੱਚ ਬੋਲਣ ਲੱਗਿਆ ਮੈਨੂੰ ਵੀ ਸੀ ਮੈਂ ਪਾਣੀ ਪੂਣੀ ਡੰਗ ਹੀ ਮਾਰਨਗੇ ਸਹੀ ਦੱਸਾਂ ਇਹ ਕਿਉਂਕਿ ਹਰ ਇੱਕ ਨੇ ਨੇਚਰ ਬੰਦੇ ਨੂੰ ਹੁੰਦਾ ਵੀ ਜਰਾ ਐਵੇਂ ਚੱਕ ਠੀਕ ਆ ਵੀ ਕਰਨਗੇ ਟਰਾਈ ਕਰ ਰਹੇ ਨੇ ਚਲੋ ਮਾੜਾ ਮੋਟਾ ਪਰ ਜਿਹੜਾ ਉਹਨਾਂ ਨੇ ਕੰਮ ਕੀਤਾ ਜਦੋਂ ਉਹਨਾਂ ਨੂੰ ਦਿਖਾਇਆ ਨਾ ਮੈਂ ਹੈਰਾਨ ਰਹਿ ਗਿਆ ਵੀ ਯਾਰ ਵੀ ਬਾਕੀ ਮੈਂ ਲੱਕੀ ਸੀ ਵੀ ਇਸ ਟੀਮ ਦਾ ਮੈਂ ਥੋੜ੍ਹਾ ਜਿਹਾ ਹਿੱਸਾ ਬਣਿਆ ਅੱਗੇ ਇਹਨਾਂ ਨੂੰ ਮੈਂ ਪੈਸੇ ਦੇ ਕੇ ਵੱਡਾ ਰੋਲ ਲੈਣਾ ਹੁਣ ਪਰ ਫਿਰ ਵੀ ਮਤਲਬ ਇਹਨਾਂ ਨੇ ਕੰਮ ਇੰਨਾ ਸੋਹਣਾ ਕੀਤਾ ਵੀ ਮੈਂ ਯਕੀਨ ਹੀ ਹੈ ਨਹੀਂ ਮੈਨੂੰ ਅਤੇ ਉਹ ਤੋਂ ਬਾਅਦ ਜਿਹੜੇ ਗੁੱਜੇ ਰਾਜ ਹੋਰ ਵੀ ਆਉਣਗੇ ਵੀ ਕਿਵੇਂ ਕੀ ਕੁਛ ਹੋਇਆ ਪਰ ਸੋਹਣਾ ਲੱਗੇ ਵੀ ਮੈਂ ਕਹਿੰਦਾ ਵੀ ਮੈਂ ਆਪ ਨੂੰ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਵੀ ਇੰਨਾ ਸੋਹਣਾ ਕੰਮ ਕੀਤਾ ਮੁੰਡਿਆਂ ਨੇ ਯਾਰ ਵੀ ਲੱਗ ਹੀ ਨਹੀਂ ਵੀ ਤਕੜਾ ਕੰਮ ਹੀ ਆ ਪੂਰੇ ਹਾਈ ਲੈਵਲ ਦਾ ਕਿਉਂਕਿ ਪਹਿਲਾਂ ਹੀ ਆਪਣਾ ਸਹੀ ਰਿਹਾ ਲੈ ਕੇ ਤਾਂ ਸੋ ਹੁਣ ਸੋ ਹੋਰ ਆਪਾਂ ਗੱਲਾਂ ਕਵਰ ਕਰਦੇ ਹੁਣ ਪੈਸੇ ਵਾਲੀ ਗੱਲ ਲੈ ਲਈਏ ਪੈਸੇ ਦੀ ਵੀਰੇ ਓਨੈਸਟਲੀ ਮੈਂ ਇਹਨਾਂ ਨੂੰ ਕਹਿੰਦਾ ਵੀ ਇਹਨਾਂ ਨੇ ਕੰਮ ਵੀ ਛੱਡੇ ਆਪਦੇ ਈਵਨ ਮੈਂ ਟਰੱਕ ਚਲਾਉਣਾ ਜੇ ਮੈਂ ਕੰਮ 3 ਜਾਵਾਂ ਹਫ਼ਤਾ ਕਹਿੰਦਾ ਚੀਕ ਨਿਕਲ ਜਾਂਦੀ ਸਾਨੂੰ 3 ਮਹੀਨੇ ਹੋ ਗਏ 9 ਆਏ ਸੀਗੇ ਇਹ ਵੀ ਬਾਈ ਹਨਾ ਚਲੋ ਇਹ 3 ਮਹੀਨੇ ਹੋ ਗਏ ਮਤਲਬ ਇਹਨਾਂ ਨੇ ਕੰਮ ਨਹੀਂ ਕੀਤਾ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਅਤੇ ਇੱਥੇ ਸਪੋਂਸਰ ਅਸੀਂ ਬਹੁਤ ਨੂੰ ਕਿਹਾ ਵੀ ਸਾਨੂੰ ਭਾਈ ਪੈਸਿਆਂ ਦੀ ਲੋੜ ਆ ਵੀ ਤੁਹਾਨੂੰ ਅਸੀਂ ਉਸ ਹਿਸਾਬ ਨਾਲ ਵਿੱਚ ਕਰਾ ਦਾਂਗੇ ਵੀ ਦਿਖਾ ਦਾਂਗੇ ਪਰ ਕੋਈ ਹੱਥ ਪਾਉਣ ਨੂੰ ਰਾਜੀ ਨਹੀਂ ਸਾਨੂੰ ਵੀ ਨਵੇਂ ਜੇ ਨੇ ਯਾਰ ਜੇ ਉਹ ਕੰਮ ਦਿਖਾਓ ਸਾਡੇ ਕੋਲ ਚੈਨਲ ਵੀ ਨਵਾਂ ਬਾਈ ਪੰਜਾਬੀ ਹੈ ਨਾ ਵੀ ਦਿਖਾਈਏ ਕੀ ਕੰਮ ਦਿਖਾਉਣ ਨੂੰ ਹੁਣ ਤਾਂ ਚਲੋ ਪਰ ਹੁਣ ਵੀ ਜੇ ਸਾਡੀ ਕੋਈ ਵੀ ਵੀਡੀਓ ਦੇਖ ਰਿਹਾ ਇਹ ਕੋਈ ਸ਼ਰਮ ਨਹੀਂ ਇਸ ਕੰਮ 'ਚ ਵੀ ਜੇਬਾਂ ਬਾਈ ਸਾਰਿਆਂ ਦੀ ਖਾਲੀ ਨੇ ਓਬਵੀਅਸਲੀ ਆ ਮੈਂ ਇਹਨਾਂ ਦੀ ਸਪੋਰਟ ਜਿੰਨੀ ਚਲੋ ਦੀਪ ਬਾਈ ਬੈਠਾ ਪਰ ਇਹ ਮੁੰਡੇ ਅੱਗੇ ਇਹਨਾਂ ਦਾ ਹੋਰ ਵੀ ਬਹੁਤ ਫਿਊਚਰ ਪ੍ਰੋਜੈਕਟ ਨੇ ਜੇ ਤੁਸੀਂ ਆਪਦਾ ਕੋਈ ਆਪਦਾ ਸਪੋਂਸਰ ਲਵਾਉਣੀ ਹੈ ਜਿਵੇਂ ਆਪਦੀ ਕੁਛ ਭਾਈ ਤੁਸੀਂ ਰੈਸਟੋਰੈਂਟ ਕੁਛ ਵੀ ਆਪਦੀ ਚੀਜ਼ ਪ੍ਰਮੋਟ ਕਰਨੀ ਹੈ ਤੁਸੀਂ ਸਾਨੂੰ ਟਿਕਟੋਕ ਰੀਲ ਪਾਉਣ ਨੂੰ ਕਹਿੰਦੇ ਹੋ ਈਵਨ ਆ ਵੈਬ ਸੀਰੀਜ਼ ਤੁਸੀਂ ਇਹਨਾਂ ਨੂੰ ਪ੍ਰਮੋਟ ਕਰਨ ਲਈ ਸਾਡੇ ਤੱਕ ਰੀਚ ਕਰੋ ਬਾਈ ਦਾ ਚੈਨਲ ਪ੍ਰਭ ਜੋਸ਼ਨ ਅਤੇ ਅਨਮੋਲ ਦਾ ਇਹਨਾਂ ਦਾ ਹੈਗਾ ਬਾਈ ਪੰਜਾਬੀ ਤੁਸੀਂ ਮੈਨੂੰ ਮੈਸੇਜ ਕਰ ਲਿਓ ਪਿੰਡੂ ਕਨੇਡੀਅਨ ਕਰਕੇ ਜੇ ਤੁਹਾਡਾ ਆਪਦਾ ਚੀਜ਼ ਪ੍ਰਮੋਟ ਕਰਾਉਣੀ ਹੈ ਤੁਸੀਂ ਡੈਫੀਨੇਟਲੀ ਕਿਉਂਕਿ ਹਜੇ ਹੋਰ ਵੀ ਬਹੁਤ ਕੁਛ ਆਉਣਾ ਪਹਿਲਾਂ ਹੀ ਸੀਗੀ ਸੀਰੀਜ਼ ਇਹ ਪਤਾ ਨਹੀਂ ਕਿੰਨੀਆਂ ਕੁ ਲੈ ਕੇ ਆਉਣਗੇ ਕਿੰਨੀਆਂ ਕੁ ਲੈ ਕੇ ਆਉਂਗੇ ਆਈ ਜਾਣੀ ਹੈ ਮੈਂ ਤੁਹਾਨੂੰ ਆਈਡੀਆ ਦੱਸ ਦਿੰਦਾ ਵੀ ਸੀਜ਼ਨ 2 ਤਾਂ ਪੱਕਾ ਹੀ ਹੈ ਠੀਕ ਹੈ ਉਦੋਂ ਬਾਅਦ ਸਾਡਾ ਮੂਵੀ ਦਾ ਪਲਾਨ ਹੈ ਜਿਹੜਾ ਬੰਦਾ ਚੀਟਿੰਗ ਕਰਦਾ ਹੈ ਜਿਹੜਾ ਬੰਦਾ ਅੱਜ ਸਾਡੇ ਨਾਲ ਜੁੜ ਜੂਗਾ ਉਹ ਕਹਿਣ ਦਾ ਮਤਲਬ ਵੀ ਦੂਰ ਤੱਕ ਉਹਨੂੰ ਲੈ ਕੇ ਜਾਵਾਂਗੇ ਨਹੀਂ ਹੁਣ ਚਲੋ ਜਿਵੇਂ ਆਪਾਂ ਨੂੰ ਸਪੋਰਟ ਕੀਤੀ ਆ ਜਿਵੇਂ ਪੰਜਾਬੀ ਚਾਪ ਕਾਰਨਰ ਨੇ ਕੀਤੀ ਆ ਜਿਨ੍ਹਾਂ ਨੇ ਕੀਤੀ ਆ ਉਹਨਾਂ ਦਾ ਤਾਂ ਬਹੁਤ ਧੰਨਵਾਦ ਐਸ ਆਈ ਸੀ ਇਮੀਗ੍ਰੇਸ਼ਨ ਨੇ ਕੀਤੀ ਆ ਐਸ ਆਈ ਸੀ ਇਮੀਗ੍ਰੇਸ਼ਨ ਚਾਪ ਕਾਰਨਰ ਤੇ ਆਪਣਾ ਹੋਰ ਕਿ ਨਹੀਂ ਕੀਤਾ ਹੁੰਡਾਈ ਵਾਲੇ ਆ ਐਕਸਟ੍ਰੀਲ ਹੁੰਡਾਈ ਵਾਲੇ ਸੋ ਉਹਨਾਂ ਦਾ ਵੀ ਧੰਨਵਾਦ ਭਾਈ ਸਾਡੇ ਤੇ ਟਰਸਟ ਕਰਨ ਲਈ ਹਾਂ ਤੇ ਮੈਂ ਸੱਚ ਗੱਲ ਦੱਸਦਾ ਪਿਆ ਸੀ ਤੇ ਮੈਂ ਅਨਮੋਲ ਨੂੰ ਕਿਹਾ ਵੀ ਕੈਮਰੇ ਕੁਮਰੇ ਦਾ ਕੀ ਕਰਾਂਗੇ ਚੱਕਰ ਇਹ ਚੱਲਿਆ ਵੀ ਜਿਹੜੇ ਬੰਦੇ ਨੂੰ ਅਸੀਂ ਹਾਇਰ ਕੀਤਾ ਸਾਡਾ ਨਾ ਉਸ ਦਿਨ ਸ਼ੂਟ ਸੀ ਓਕੇ ਉਹ ਕਹਿੰਦਾ ਕਿ ਮੈਂ $400 ਲਾਊਂਗਾ ਪਰ ਡੇ ਦਾ ਪਹਿਲਾਂ ਕਹਿੰਦਾ ਮੈਂ ਫ੍ਰੀ ਚ ਕਰ ਦੂੰਗਾ ਪਰ ਡੇ ਤੇ ਮੈਂ ਕਿਹਾ ਯਾਰ ਅਨਮੋਲ ਕਹਿੰਦਾ ਸਾਰੀ ਕਾਸਟ ਨੂੰ ਤਾਂ ਕਿਹਾ ਹੋਇਆ ਵੀ ਇਹਦਾ ਗੱਲ ਬਣ ਗਈ ਮੈਂ ਕਿਹਾ ਵੀ ਇਹ ਬੰਦੇ ਨੂੰ ਤੂੰ ਕੱਢ ਕੋਈ ਚੱਕਰ ਨਹੀਂ ਫਿਰ ਅਨਮੋਲ ਦਾ ਜਿਹੜਾ ਸੀਨ ਸੀ ਪੰਜ ਮੁੰਡਿਆਂ ਦਾ ਸੀ ਹਨਾ ਪੰਜ ਮੁੰਡੇ ਚਾਰ ਕੁੜੀਆਂ ਇਹਦਾ ਸੀਨ ਕੱਟਤਾ ਇਹ ਕਹਿੰਦਾ ਮੈਂ ਆਪ ਹੀ ਡਾਇਰੈਕਟ ਕਰ ਲੂੰਗਾ ਉਹ ਦਿਨ ਦੀ ਤੁਹਾਨੂੰ ਮੈਂ ਸਟੋਰੀ ਦੱਸਦਾ ਸੀ ਨਾ ਕੰਮ ਤੇ ਗਏ ਹੋਏ ਤੇ ਸਾਰਾ ਕੁਝ ਮਤਲਬ ਵਧੀਆ ਪਲਾਨ ਆਊਟ ਹੋ ਰਿਹਾ ਸੀ ਮੈਨੂੰ ਇਹ ਸੀਗਾ ਵੀ ਕੰਮ ਸ਼ੁਰੂ ਹੋ ਜਾਊਗਾ ਹਨਾ ਮੈਂ ਤੇ ਅਮਨ ਕੰਮ ਤੇ ਅਸੀਂ ਵਾਪਸ ਆਉਂਦੇ ਆਉਂਦੇ ਨਾ ਸਾਰਾ ਦਿਨ ਮੇਰਾ ਦਿਮਾਗ ਵਿੱਚ ਕੰਮ ਤੇ ਇਹੀ ਚੱਲੀ ਗਿਆ ਵੀ ਯਾਰ $400 ਦੇ ਨਾਲ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਸੀਗਾ ਇੱਕ ਤਾਂ ਅਸੀਂ ਇੱਥੇ ਆਇਆਂ ਨੂੰ ਮਹੀਨਾ ਕੀ ਹੋਇਆ ਸੀ ਹਲੇ ਹਨਾ ਇਹ ਨਹੀਂ ਸੀ ਪਤਾ ਵੀ ਇੱਥੇ ਵਰਕ ਫਲੋ ਕਿਵੇਂ ਆ ਕਿਵੇਂ ਸਾਰਾ ਹਿਸਾਬ ਕਿਤਾਬ ਹੁੰਦਾ ਹਨਾ ਅਵੇਲੇਬਿਲਿਟੀ ਲੋਕਾਂ ਦੀ ਕਿੰਨੀ ਕੁ ਹੋਊਗੀ ਕਿੰਨੀ ਕੁ ਨਹੀਂ ਹੋਊਗੀ ਤਾਂ ਮੈਂ ਕਿਹਾ ਵੀ ਜੇ ਆਪਾਂ ਫਿਕਸ ਦਿਨ ਲਾ ਕੇ ਚੱਲੀਏ ਵੀ ਠੀਕ ਹੈ ਆਪਾਂ ਉਹਨੂੰ ਕਹਿ ਵੀ ਦਈਏ ਬਈ ਇੰਨੇ ਦਿਨਾਂ ਦਾ ਸ਼ੂਟ ਅਜੇ ਨਾ ਹੋਇਆ ਜੇ ਹੋਇਆ ਵੀ ਤਾਂ ਉਨੇ ਦਿਨ ਦਾ ਵੀ ਅਰੇਂਜਮੈਂਟ ਕਿਉਂਕਿ ਨਵੇਂ ਬੰਦੇ ਨੂੰ ਕੋਈ ਵੀ ਐਜ਼ ਅ ਇਨੀਸ਼ੀਅਲੀ ਨਹੀਂ ਹੱਥ ਪਾਉਂਦਾ ਛੇਤੀ ਹੈ ਨਾ ਵਾਪਸ ਆਉਂਦੇ ਆਉਂਦੇ ਨੇ ਨਾ ਮੈਂ ਤੇ ਅਮਨ ਬੱਸ 'ਚ ਮੈਂ ਉਹਨੂੰ ਦੱਸਣ ਲੱਗ ਗਿਆ ਮੈਂ ਕਿਹਾ ਆਪਾਂ ਐਂ ਕਰਦੇ ਮੈਂ ਕਿਹਾ ਮੇਰੇ ਕਹਿੰਦਾ ਹੁਣ ਕਰਾਂਗੇ ਕੀ ਮੈਂ ਕਿਹਾ ਮੇਰੇ ਕੋਲ ਇੱਕ ਪਲਾਨ ਆ ਅਤੇ ਕਹਿੰਦਾ ਕਿ ਮੈਂ ਕਿਹਾ ਵੀ ਐਂ ਕਰਦਾ ਵੀ ਮੈਂ ਰੋਲ ਨਹੀਂ ਕਰਦਾ ਮੈਂ ਕਰ ਲੂੰਗਾ ਓਕੇ ਉਹਨੂੰ ਮਤਲਬ ਐਂ ਲੱਗ
ਰਾਤ ਨੂੰ 12-12 ਵਜੇ ਤੱਕ ਵੀ ਕਈ ਵਾਰ ਚੱਲ ਜਾਂਦਾ, ਸਵੇਰੇ ਵੀ ਜਲਦੀ ਦੇ ਜਿਹੜੇ ਸ਼ੂਟ ਨੇ ਸਾਰੇ ਆਪਣੇ ਹਿਸਾਬ ਨਾਲ ਕਰ ਲੈਂਦੇ ਹਾਂ। ਅਤੇ ਮੈਂ ਕਿਹਾ ਜੇ ਆਪਾਂ ਪੈਸੇ ਦੇ ਕੇ ਵੀ ਕਿਸੇ ਹੋਰ ਨੂੰ ਹਾਇਰ ਕਰਦੇ ਨੇ ਇਹ ਤਾਂ ਵੀ ਨਹੀਂ ਪੂਰਾ ਹੋਣਾ ਕੰਮ, ਕਿਉਂਕਿ ਮੇਨ ਚੱਕਰ ਇਹ ਸੀ ਇਕੱਲੇ ਉਹਨੂੰ ਪੈਸੇ ਨਹੀਂ ਸੀ ਦੇਣੇ, ਕਿਉਂਕਿ ਬਾਕੀ ਵੀ ਸਾਰੀ ਟੀਮ ਆ, ਹੈ ਨਾ, ਸਾਰਿਆਂ ਨੂੰ ਜਿਵੇਂ ਹਿਸਾਬ ਕਿਤਾਬ ਹੁੰਦਾ ਫਿਰ ਉਹ ਹਿਸਾਬ ਨਾਲ ਹੀ ਕਰਨਾ ਪੈਣਾ ਸੀ ਸਾਰਾ। ਸੋ ਕਰਦੇ ਕਰਾਉਂਦੇ ਪਹਿਲਾਂ ਤਾਂ ਅਸੀਂ ਉਹ ਲੜ ਪਿਆ ਉੱਥੇ ਮੇਰੇ ਨਾਲ ਅੱਡੇ 'ਤੇ ਖੜੇ, ਹੈ ਨਾ, ਅਤੇ ਲੋਕ ਤਾਂ ਦੇਖਣ ਵੀ ਕਿਹੜੀ ਗੱਲ ਤੋਂ ਲੜ ਰਹੇ, ਅਤੇ ਉੱਥੇ ਉਹ ਲੜ ਪਿਆ। ਅਤੇ ਚਲੋ ਘਰ ਆਉਂਦੇ ਆਉਂਦੇ ਫਿਰ ਮੈਂ ਉਹਨੂੰ ਥੋੜ੍ਹਾ ਜਿਹਾ ਹੋਰ ਹਿਸਾਬ ਕਿਤਾਬ ਨਾਲ ਸਮਝਾਇਆ, ਫਿਰ ਉਹ ਕਹਿੰਦਾ ਵੀ ਚੱਲ ਠੀਕ ਹੈ। ਅਤੇ ਫਿਰ ਐਕਚੁਅਲੀ ਮੇਰਾ ਕੋਈ ਡਾਇਰੈਕਸ਼ਨ ਦਾ ਫੀਲਡ ਨਹੀਂ ਹੈਗਾ, ਠੀਕ ਹੈ, ਪਹਿਲੀ ਵਾਰ ਆ ਇਹ ਜੋ ਕੁਛ ਵੀ ਕਰ ਰਿਹਾ, ਮੈਂ ਕਦੇ ਕੋਈ ਕੈਮਰਾ ਨਹੀਂ ਹੈਂਡਲ ਕੀਤਾ, ਸਾਰਾ ਕੁਛ ਏ ਟੂ ਜ਼ੈਡ ਪਹਿਲੀ ਵਾਰ ਆ। ਬਟ ਹਾਂ, ਇੰਨਾ ਕੁ ਹੈਗਾ ਵੀ ਮੈਂ ਹਰ ਇੱਕ ਕੰਮ ਨੂੰ ਕਰ ਲੈਂਦਾ, ਮੈਨੂੰ ਇੰਨੀ ਕੋਨਫੀਡੈਂਸ ਹੈਗਾ ਵੀ ਕਰ ਲੂੰਗਾ, ਉਹ ਵੀ ਕਰ ਲੂੰ, ਉਹ ਵੀ ਕਰ ਲੂੰ, ਉਹ ਵੀ ਕਰ ਲੂੰ। ਮੈਨੂੰ ਕਹਿੰਦਾ ਊਂ ਦੇਖ ਲਾ ਤੂੰ ਕਰ ਲਏਗਾ, ਮੈਂ ਕਿਹਾ ਕੋਈ ਚੱਕਰ ਨਹੀਂ ਹੋ ਜੂਗਾ। ਅਤੇ ਚਲੋ ਉਸ ਤੋਂ ਬਾਅਦ ਫਿਰ ਰਾਤ ਤੋਂ ਰਾਤ ਅਸੀਂ ਉਹ ਸਾਰੀ ਸਟੋਰੀ 'ਚ ਪੰਜ ਮੁੰਡਿਆਂ ਦੀ ਜਗ੍ਹਾ ਉਹਨੂੰ ਕਨਵਰਟ ਕਰਕੇ ਚਾਰ ਦੀ 'ਚ ਕੀਤੀ, ਸ਼ਿਫਟ ਤੋਂ ਬਾਅਦ ਸਾਰੀ ਮੋਲਡ ਕੀਤੀ, ਸ਼ਿਫਟ ਤੋਂ ਬਾਅਦ, ਸ਼ਿਫਟ ਤੋਂ ਬਾਅਦ, ਹਾਂ। ਅਤੇ ਸਾਰੀ ਰਾਤ ਸਟੋਰੀ ਮੋਲਡ ਕਰਕੇ ਫਿਰ ਉਸ ਹਿਸਾਬ ਨਾਲ ਸਾਰੇ ਕਰੈਕਟਰ ਅਲੋਟ ਕੀਤੇ। ਫਿਰ ਕਰੈਕਟਰ ਲੱਭਣ ਦੇ ਵੇਲੇ ਵੀ ਕਾਫੀ ਦਿੱਕਤ ਆਈ, ਮੈਂ ਇਹਨੂੰ ਭੇਜਿਆ ਕਰਿਆ, ਮੈਨੂੰ ਭੇਜਿਆ ਕਰੇ, ਹਾਂ, ਕਈ ਮੁੱਕਰ ਰਿਹਾ ਕਰਨ, ਹੈ ਨਾ, ਕਰਨ ਤੋਂ ਬਾਅਦ। ਸੋ ਜੇ ਤੁਸੀਂ ਬਣਿਆ ਬਣਾਇਆ ਚਿਹਰਾ ਦੇਖ ਰਹੇ ਹੋ ਕੋਈ ਵੀਡੀਓ ਸਾਡੀ, ਮਤਲਬ ਕਿ ਤੁਹਾਡਾ ਟਿੱਕ ਲੱਗੀ ਹੋਈ ਤੁਹਾਡੇ ਚੈਨਲ ਤੇ, ਫਿਰ ਵੀ ਤੁਸੀਂ, ਕਿਉਂਕਿ ਬਹੁਤ ਮੈਨੂੰ ਇੱਕ ਦੋ ਬੰਦੇ ਕਲਾਕਾਰ ਮਿਲੇ ਵੀ ਨੇ ਜਿਹਨਾਂ ਟਿੱਕ ਲੱਗੀ ਹੋਈ ਹੈ ਪਿੱਛੇ, ਉਹ ਵੀ ਆਪਣੀ ਵੀਡੀਓ ਦੇਖਦੇ ਨੇ ਕਿਤੇ ਨਾ ਕਿਤੇ, ਹੈ ਨਾ, ਜਿਵੇਂ ਅਰਜਨ ਢਿੱਲੋਂ, ਮੈਂ ਇੱਥੇ ਕਹਿੰਦਾ ਅਰਜਨ ਢਿੱਲੋਂ ਮਿਲਿਆ ਸੀ ਜਾਂ ਉਹਦੇ ਨਾਲ ਦੀ ਟੀਮ, ਉਹ ਆਪਣੀ ਵੀਡੀਓ ਦੇਖਦੀ ਆ। ਸੋ ਇੱਥੇ ਇਹ ਗੱਲ ਆ ਵੀ ਜੇ ਤੁਸੀਂ ਸਾਰੇ ਬਣੇ ਬਣਾਏ ਹੋ ਤਾਂ ਕਮ ਸੇ ਕਮ ਵੀ ਇਹ ਵੀ ਸਪੋਰਟ ਕਿਤੇ ਨਾ ਕਿਤੇ ਫਿਰ ਵੀ ਬਣੇ ਬਣਾਏ ਦੀ ਨਾ ਵੀ ਸਾਡੇ ਵਰਗੇ ਵੀ ਕਰਿਆ ਕਰੋ। ਪੈਸੇ ਦੀ ਮੰਗ ਸਾਨੂੰ, ਅਸੀਂ ਬਹੁਤ ਤਿੰਨ ਚਾਰ ਬੰਦੇ ਤੱਕ ਰੀਚ ਕੀਤੀ ਸੀਗੀ, ਕਿਹਾ ਸੀ ਵੀ ਪੈਸੇ ਦੇ ਦਿੰਦੇ ਹਾਂ, ਪਰ ਹੱਦ ਤੋਂ ਵੱਧ ਸੀ ਨਾ, ਹੱਦ ਤੋਂ ਵੱਧ ਸੀ ਇੰਨੀ ਤਾਂ ਫਿਰ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਕੈਨੇਡਾ ਬੈਠੇ ਨੇ ਪੈਸੇ ਵੱਧ ਹੋਣਗੇ, ਚਲੋ ਅਸੀਂ ਤਾਂ ਫਿਰ ਵੀ ਕਰ ਦਈਏ ਕਿਤੇ ਕਿਤੇ। ਜਿਵੇਂ ਨਾ ਸਟੂਡੈਂਟ ਬਾਈ ਇਹਨਾਂ ਤਾਂ ਹੁਣ ਉਹੀ 150 ਦਿਹਾੜੀ ਵਾਲੇ ਜਿਹੜੇ ਸ਼ੁਰੂ ਤੋਂ ਹੁੰਦੇ ਨੇ, ਉਹਨਾਂ ਲਈ ਉਹ ਅਫੋਰਡ ਕਰਨਾ ਬਹੁਤ ਔਖਾ। ਸੋ ਬੇਨਤੀ ਹੈ ਵੀ ਅਸੀਂ ਵੀ ਸਪੋਰਟ ਇਹਨਾਂ ਦੀ ਬਿਨਾਂ ਕਿਸੇ ਮੰਤਵ ਤੋਂ ਕੀਤੀ ਸੀ, ਅੱਜ ਇਹ ਵੀ ਬਣ ਜਾਣਗੇ, ਕੱਲ੍ਹ ਨੂੰ ਮੇ ਬੀ ਕਿਤੇ ਹਾਲੀਵੁੱਡ ਕਿਤੇ ਵੀ ਜਾਣਗੇ, ਸੋ ਸਾਨੂੰ ਤਾਂ ਚੱਲ ਇਹੀ ਹੋਊਗਾ ਆਪਦੇ ਆਪ ਨੂੰ ਚੰਗਾ ਲੱਗੂ ਵੀ ਚਲੋ ਵੀ ਸਾਡੇ ਕਹਿਣ 'ਤੇ ਦੀਪ ਬਾਈ ਦੇ ਫੋਨ ਚੱਕਣ 'ਤੇ ਵੀ ਇਹਨਾਂ ਦਾ ਇੰਨਾ ਕੁਛ ਬਣ ਗਿਆ, ਭਲਾ ਹੋ ਗਿਆ ਭਾਈ ਕਿਸੇ ਦੇ ਜਵਾਕ ਦਾ। ਇਹੀ ਹੈ ਵੀਰੇ, ਹਾਂ, ਤੁਹਾਨੂੰ ਇਹੀ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਇੱਥੇ ਸਟੂਡੈਂਟ ਹੈ, ਇੱਕ ਦੂਜੇ ਦੀ ਜਿਹੜੇ ਵੀ ਫੀਲਡ 'ਚ ਤੁਸੀਂ ਹੈਲਪ ਕਰ ਸਕਦੇ ਹੋ ਹੈਲਪ ਕਰੋ, ਤੁਹਾਨੂੰ ਨਹੀਂ ਪਤਾ ਤੁਹਾਡੀ ਇੱਕ ਛੋਟੀ ਜਿਹੀ ਕਿਸੇ ਦੀ ਜੇ ਤੁਸੀਂ ਹੈਲਪ ਕਰੋਗੇ ਵੀ ਉਹ ਲੰਮਾ ਬਣਾਇਆ ਸੀਗਾ, ਉਹਦੀ ਰੀਚ ਓਬਵੀਅਸਲੀ ਤਾਂ ਕਿੱਥੇ ਹੋਣੀ ਜਦੋਂ ਨਵੇਂ ਬਣਾਇਆ ਸੀਗਾ, ਪਰ ਉੱਥੇ ਵੀ ਤੁਸੀਂ ਮਤਲਬ ਲੱਖਾਂ ਤੋਂ ਟਪਾ ਤੇ, ਜਦੋਂ ਲੱਖਾਂ ਟੱਪੇ ਫਿਰ ਲੋਕਾਂ ਦੇ ਮੈਸੇਜ ਵੀ ਆਉਣ ਲੱਗ ਗਏ, ਬਾਕੀ ਸੋਹਣਾ ਕੰਮ ਆ, ਸਾਨੂੰ ਵੀ ਲੈ ਲਓ, ਸਾਨੂੰ ਵੀ ਲੈ ਲਓ, ਸਾਨੂੰ ਵੀ ਲੈ ਲਓ। ਹੁਣ ਮੈਨੂੰ ਡੇਲੀ ਦੇ ਚਾਰ ਮੁੰਡੇ ਆ, ਤਿੰਨ ਕੁੜੀਆਂ, ਸਾਰਿਆਂ ਦੀ ਕਹਾਣੀ ਆ ਜਿਹੜੀ ਉਹ ਪੈਰਲਲ ਚੱਲਦੀ ਆ, ਇਕੁਅਲ ਰੋਲ ਡਿਵਾਈਡ ਕੀਤੇ ਹੋਏ ਨੇ, ਮਤਲਬ ਚਾਰ ਸਟੋਰੀਜ਼ ਨੇਗੀਆਂ ਉਹ, ਓਕੇ, ਤੇ ਚਾਰਾਂ ਦੀ ਬਰਾਬਰ ਹੀ ਚੱਲਦੀ ਹੈ। ਇਹ ਤਾਂ ਪੁੱਛ ਰਿਹਾ ਕਿਉਂਕਿ ਲੋਕ ਹੁਣ ਵੀ ਰੋਲ ਸਾਨੂੰ ਦਿਓ ਹੁਣ ਅੱਗੇ, ਨਹੀਂ ਰੋਲ ਵਾਸਤੇ ਤਾਂ ਆਪਾਂ ਕਲੀਅਰ ਕਰ ਦਿੰਦੇ ਆ ਕਿ ਆਹ ਸੀਰੀਜ਼ ਦਾ ਸਾਡਾ ਸਾਰਾ ਕੰਪਲੀਟ ਆ, ਗਾਣੇ ਵੀ ਪੂਰੇ ਆ, ਨੈਕਸਟ ਆਡੀਸ਼ਨ, ਨੈਕਸਟ ਜਿਹੜੇ ਸੀਨ ਹੈਗੇ ਆ ਉਹ ਹਜੇ ਮਤਲਬ ਇਹ ਜਦੋਂ ਲਾਂਚ ਹੋ ਜਾਏਗੀ ਉਦੋਂ ਇੱਕ ਮੰਥ ਬਾਅਦ, ਓਕੇ, ਫਿਰ ਕਰਾਂਗੇ ਥੋੜੀ ਜਿਹੀ ਰੈਸਟ ਤੋਂ। ਓਕੇ, ਕਿ ਇੱਥੇ ਇੱਕ ਗੱਲ ਹੋਰ ਵੀ ਮੈਂਸ਼ਨ ਕਰਦਾ ਕਿ ਮੇਰੇ ਚੈਨਲ 'ਤੇ ਵੀਡੀਓ ਪੈਣੀ ਹੈ, ਜੇ ਕਈ ਹੁੰਦੇ ਨੇ ਜਿੱਦਾਂ ਕਈ ਵਾਰ ਪਰਸਨਲੀ ਹਰ ਇੱਕ ਬੰਦੇ ਦੀ ਮੱਤ ਨਹੀਂ ਮਿਲਦੀ, ਈਵਨ 10-9 ਬੰਦੇ ਮੈਨੂੰ ਲਾਈਕ ਕਰਦੇ ਹੋਣ, ਇੱਕ ਨਾ ਲਾਈਕ ਕਰਦਾ ਹੋਵੇ, ਸੋ ਜੇ ਤੁਸੀਂ ਮੈਨੂੰ ਲਾਈਕ ਵੀ ਨਹੀਂ ਕਰਦੇ, ਮਤਲਬ ਕਿ ਮੇਰੇ ਨਾਲ ਤੁਸੀਂ ਸਹਿਮਤ ਨਹੀਂ ਹੁੰਦੇ, ਇਹ ਮੇਰੀ ਨਹੀਂ ਹੈਗੀ ਵੈੱਬ ਸੀਰੀਜ਼, ਇਹਨਾਂ ਦੀ ਆ, ਤੁਸੀਂ ਇਹਨਾਂ ਤੱਕ ਅਪਰੋਚ ਕਰ ਸਕਦੇ ਹੋ ਅਤੇ ਤੁਸੀਂ ਆਪ ਵੀ ਇਹਦੇ ਵਿੱਚ ਐਡ ਹੋ ਸਕਦੇ ਹੋ, ਸੋ ਮੇਰਾ ਕੋਈ ਜ਼ੋਰ ਨਹੀਂ ਕਿਤੇ ਕਹਿੰਦੇ ਵੀ ਮੇਨ ਵਾਲਾ ਇਹ ਨਾ ਕਿਤੇ ਤੁਹਾਨੂੰ ਐਡ ਨਾ, ਸੋ ਮੇਰਾ ਕੁਛ ਨਹੀਂ, ਤੋ ਤੁਸੀਂ ਇਹਨਾਂ ਤੱਕ ਰੀਚ ਕਰ ਸਕਦੇ ਹੋ, ਆਪਾਂ ਸਾਈਡ 'ਤੇ ਹਾਂ। ਸੋ ਅੱਗੇ ਹੁਣ ਤੁਹਾਡੇ ਅਗਲੇ ਫਿਊਚਰ ਪਲਾਨ ਦੱਸੋ ਵੀ। ਫਿਊਚਰ ਪਲਾਨ ਫਿਲਹਾਲ ਸੋਰੀ ਪਲਾਨ ਨਹੀਂ ਪ੍ਰੋਜੈਕਟ ਡਾਇਰੈਕਟਰ ਸਾਹਿਬ ਪ੍ਰੋਜੈਕਟ ਦੱਸੋ। ਫਿਲਹਾਲ ਤਾਂ ਮਤਲਬ ਇਹਨੂੰ ਕੰਪਲੀਟ ਕਰਨ ਦਾ ਸਾਡਾ ਮੇਨ ਮੋਟਿਵ ਆਪਾਂ ਨੂੰ ਇਹ ਹੈ ਵੀ ਇਹਨੂੰ ਜਿੱਥੋਂ ਵੱਧ ਤੋਂ ਵੱਧ ਲੈ ਕੇ ਜਾ ਸਕਦੇ ਉਦ ਤੱਕ ਲੈ ਕੇ ਜਾਈਏ, ਅਤੇ ਉਸ ਤੋਂ ਬਾਅਦ ਇਹਦਾ ਸੈਕਿੰਡ ਸੀਜ਼ਨ ਤਾਂ ਕਰਾਂਗੇ ਹੀ ਹਾਲੇ, ਉਹ ਤਾਂ ਸ਼ੋਰਟੀ ਹੀ ਆ, ਕਿਉਂਕਿ ਲਾਈਕ ਇਹਦੇ ਵਿੱਚ ਕੰਪਲੀਟ ਨਹੀਂ ਹੋ ਰਹੀ ਇੱਕ ਸੀਜ਼ਨ ਦੇ ਵਿੱਚ, ਬਸ ਐਂ ਆ ਵੀ ਇੱਕ ਸਸਪੈਂਸ ਤੇ ਛੱਡੀ ਜਾਈਏ, ਤੇ ਉਹ ਸਸਪੈਂਸ ਤੁਹਾਨੂੰ ਮਤਲਬ ਐਂਡ ਵਾਲੇ ਐਪੀਸੋਡ ਤੇ ਬਹੁਤ ਮੈਂ ਕਹਿੰਦਾ ਵੀ ਡਨ ਹੈ,
ਕਿਉਂਕਿ ਉਹ ਇੱਕ ਹੈਲਪ ਵਾਲੀ ਘੈਂਟ ਸੀ ਅਮਨ ਬਾਈ ਉਹੀ ਜਿਹੜਾ ਪੱਤਾ ਜਿਹੜੇ ਦਾ ਹੁੰਦਾ ਫੋਟੋ ਪਾ ਦੇ ਮੁੰਡੇ ਦੀ ਉਹ ਫੋਟੋ ਸੋ ਮੈਂ ਉਹਨੂੰ ਜਾਂਦਾ ਛਰਿਆ ਇਹ ਲਿਖੀ ਬਹੁਤ ਸੋਹਣੀ ਉਹ ਵੀ ਪੁਆਇੰਟ ਆਪਾਂ ਕਵਰ ਕਰ ਲਈਏ ਵੀ ਹੈ ਨਾ ਨੀਚੇ ਕਮੈਂਟ ਕਰ ਰਹੇ ਸੀ ਲੋਕ ਵੀ ਉੱਥੇ ਗੱਡੀਆਂ ਘੁੰਮਦੇ ਆ ਇਹ ਉਹ ਡਰਾਮਾ ਹੋ ਰਿਹਾ ਸਭ ਹੈ ਨਾ ਐਵੇਂ ਕੁਛ ਨਹੀਂ ਹੁੰਦਾ ਤਾਂ ਮਤਲਬ ਵੀ ਅੱਜ ਵੀ ਉਹ ਸ਼ਿਫਟ ਲਾਉਣ ਗਿਆ ਹੋਇਆ ਈਵਨ ਕਿ ਅਸੀਂ ਜਿੰਨਾ ਟਾਈਮ ਸ਼ੂਟ ਕੀਤੀ ਹੈ ਨਾ ਡੇਲੀ ਸਾਡੀਆਂ ਸ਼ਿਫਟਾਂ ਹੁੰਦੀਆਂ ਸੀ ਕਈ ਵਾਰ ਸ਼ਨੀਵਾਰ ਵੀ ਹੁੰਦੀ ਸੀ ਸ਼ੂਟ ਸ਼ਿਫਟ ਤੋਂ ਬਾਅਦ ਅਸੀਂ ਸ਼ੂਟ ਕਰਦੇ ਸੀ ਹੈ ਨਾ ਮਤਲਬ ਉਹ ਇੱਦਾਂ ਦਾ ਕੁਛ ਨਹੀਂ ਹੈਗਾ ਵੀ ਜਿਵੇਂ ਉਧਰੋਂ ਕਈ ਵਾਰ ਲੋਕਾਂ ਨੂੰ ਲੱਗਦਾ ਹੁੰਦਾ ਹੈ ਨਾ ਵੀ ਆਰਾਮ ਨਾਲ ਬੈਠ ਕੇ ਆਹ ਦਿਹਾੜੀਆਂ ਵੱਜ ਰਹੀਆਂ ਹੈ ਨਾ ਸਾਰੀ ਜਿੰਨੇ ਈਵਨ ਕਿ ਕਾਸਟ ਵੀ ਆ ਤੇ ਹੁਣ ਵੀ ਕਈ ਵਾਰ ਅਮਨ ਸਵੇਰੇ ਸ਼ਿਫਟ ਤੋਂ ਆਉਂਦਾ ਹੁੰਦਾ ਤਾਂ ਇੱਕ ਜਸ ਮੈਂ ਹੈਗਾ ਆਪਣੇ ਕਾਸਟ ਚੋਂ ਉਹ ਸਵੇਰੇ ਦੋਨੋਂ ਹੀ ਸ਼ਿਫਟ ਤੇ ਆ ਰਹੇ ਹੁੰਦੇ ਹਰੇ ਸੇਮ ਬੱਸ ਚ ਆਉਂਦੇ ਆ ਸੇਮ ਬੱਸ ਚ ਹਨਾ ਬਿਲਕੁਲ ਤੇ ਉਹ ਉੱਥੇ ਬੜੇ ਡਿਸਕਸ ਕਰ ਦਿੰਦੇ ਆ ਜੀ ਦੱਸ ਰਹੀ ਕਹਿੰਦਾ ਉਹ ਮੈਨੂੰ ਕਹਿ ਰਹੀ ਆ ਵੀ 3 ਲੱਖ ਟੱਪ ਗਿਆ ਤੇ ਲੋਕ ਕਮੈਂਟ ਉਹਨਾਂ ਨੂੰ ਮੈਸੇਜ ਕਰ ਰਹੇ ਆ ਵੀ ਹਾਂ ਤੁਹਾਡਾ ਵਧੀਆ ਚੱਲ ਰਿਹਾ ਤਾਂ ਉਹਨਾਂ ਚਿਰ ਸਟਰਗਲ ਇੱਥੇ ਸਾਰਿਆਂ ਦੀ ਉਨੀ ਹੀ ਆ ਹਨਾ ਤੇ ਮਤਲਬ ਇਦਾਂ ਨਹੀਂ ਹੈਗਾ ਕੋਈ ਵੀ ਜਿਹੜੇ ਨੀਚੇ ਕਮੈਂਟ ਆ ਜਾਂਦੇ ਆ ਵੀ ਨਹੀਂ ਬਈ ਆਏ ਆ ਇਹ ਡਰਾਮਾ ਕਰਦੇ ਨੇ ਇਹ ਉਹ ਫਲਾਣਾ ਹਨਾ ਆਹੋ ਆਹੋ ਬਿਲਕੁਲ ਬਿਲਕੁਲ ਐਗਰੀ ਐਗਰੀ 100% ਐਗਰੀ ਕਰਦੇ ਆ ਜੀ ਸੋ ਇਹੀ ਆ ਵੀ ਇੱਥੇ ਇਹਨਾਂ ਦੀ ਲਾਈਫ ਜਿਵੇਂ ਹੁਣ ਮੈਂ ਵੀ ਓਬਵੀਅਸਲੀ ਜਿੱਦੇ ਪਹਿਲਾਂ ਇਹਨਾਂ ਨੇ ਥੋੜ੍ਹਾ ਜਿਹਾ ਰੋਲ ਮੇਰਾ ਵੀ ਲਿਆ ਉਦੋਂ ਮੈਂ ਵੀ ਕੰਮ 'ਤੇ ਦੀਪ ਬਾਈ ਵੀ ਹੁਣ ਕੰਮ ਕਰਦੇ ਨੇ ਇਹ ਵੀ ਕੰਮ ਕਰਦੇ ਅਸੀਂ ਸ਼ਾਮ ਨੂੰ ਉਹ ਵੀ ਸ਼ੂਟ ਵੀ ਬਹੁਤ ਅਸੀਂ ਵੀਕਐਂਡ ਦਾ ਵੇਟ ਕਰਦੇ ਰਹੇ ਹਾਂ ਕਿਉਂਕਿ ਕੰਮ ਸਾਰੇ ਕਰਦੇ ਹਾਂ ਇੱਥੇ ਪਰ ਬਿਹਾਈਂਡ ਦੀ ਚੀਜ਼ ਹੈ ਵੀ ਕਮੈਂਟਾਂ ਜੱਜ ਕਰਨਾ ਬਹੁਤ ਸੌਖਾ ਉਹ ਬਿਹਾਈਂਡ ਦੀ ਸੀਨ ਵੀਡੀਓ ਬਿਹਾਈਂਡ ਦੀ ਸੀਨ ਹੀ ਪਾਵਾਂਗੇ ਕਿਹੜੇ ਚੈਨਲ ਤੇ ਪਾਵਾਂਗੇ ਨਹੀਂ ਉਹ ਉਹਦੇ ਤੇ ਪਾਵਾਂਗੇ ਅੱਛਾ ਬਾਈ ਪੰਜਾਬੀ ਸੋ ਹਾਂ ਹੁਣ ਸਾਰੇ ਪੁੱਛਣਗੇ ਕਿੱਥੇ ਆਉਣਗੀਆਂ ਇਹ ਬਹੁਤ ਪੁੱਛਦੇ ਆ ਹਾਂ ਉਹ ਕਈ ਮੇਰਾ ਚੈਨਲ ਹੀ ਸਮਝ ਰਹੇ ਆ ਵੀ ਮੇਰੇ ਚੈਨਲ ਤੇ ਆਊਗੀ ਸੋ ਆਪਾਂ ਉਹਨਾਂ ਦੱਸ ਦੇਣਾ ਉਹਨੂੰ ਵੀ ਸਬਸਕ੍ਰਾਈਬ ਕਰੋ ਆਪਾਂ ਹਾਂਜੀ ਬਾਈਬ ਪੰਜਾਬੀ ਬਾਈਬ ਪੰਜਾਬੀ ਬਣਾਇਆ ਸੀ ਅਨਮੋਲ ਹੋਰਾਂ ਨੇ ਇਹਨਾਂ ਨੇ ਚੈਨਲ ਬਾਈਬ ਵੀ ਵੈਨ ਵਾਲੀ ਆਈ ਬੱਬੇ ਵਾਲੀ ਬੋਆਏ ਵਾਲੀ ਸੋ ਈ ਵਾਈਬ ਪੰਜਾਬੀ ਮੈਂ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਦਊਂਗਾ ਉੱਥੇ ਹੀ ਬਾਕੀ ਇਹਨਾਂ ਨੂੰ ਸਰਚ ਕਰ ਲਓ ਇਹਨਾਂ ਦੇ ਨਹੀਂ ਦੇਣੇ ਮੈਂ ਮੇਰਾ ਵੀ ਨਹੀਂ ਦੇਣਾ ਮੇਰਾ ਤਾਂ ਚਲੋ ਆ ਹੀ ਰਿਹਾ ਜਿਵੇਂ ਪ੍ਰਭਜੋਸ਼ਨ ਤੁਸੀਂ ਸਰਚ ਮਾਰ ਲਓ ਇਹ ਤਾਂ ਜਿੱਦਾਂ ਸਟੂਡੈਂਟ ਲਾਈਫ ਦਿਖਾਉਂਦਾ ਇੱਥੋਂ ਦੀ ਜਾਂ ਹੋਰ ਮਾੜੇ ਮੋਟੇ ਆਪਦੇ ਕੰਮ ਜਿਵੇਂ ਥੋੜ੍ਹੇ ਡਿਫਰੈਂਟ ਸੋਹਣੀਆਂ ਵੀਡੀਓ ਹੁੰਦੀਆਂ ਇਹਦਾ ਚੈਨਲ ਦੇਖ ਲਿਓ ਬਾਕੀ ਪੀ ਆਰ ਪੂ ਆਰ ਹੋਰ ਬਥੇਰਾ ਕੁਛ ਕਵਰ ਕੀਤਾ ਇਹਨੇ ਵੀ ਅਤੇ ਬਾਕੀ ਅਸੀਂ ਜਿਵੇਂ ਦੀਪ ਬਾਈ ਨਾਲ ਸਾਡੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅਤੇ ਇਹਨਾਂ ਦੇ ਤੁਸੀਂ ਦੇਖੋਗੇ ਫਿਲਮਾਂ ਜਾਂ ਵੈਬ ਸੀਰੀਜ਼ਾਂ ਜਾਂ ਕੁਛ ਵੀ ਸੋ ਬਾਈਬ ਪੰਜਾਬੀ ਤੇ ਆਉਣੇ ਸਾਰੀਆਂ ਦੇ ਨੌ ਦੇ ਨੌ ਐਪੀਸੋਡ ਨੇ ਸੱਤ ਓਕੇ ਸੱਤ ਐਪੀਸੋਡ ਨੇ ਜੀ ਵੀਕਲੀ ਹਨਾ ਵੀਕਲੀ ਹਰ ਸੈਟਰਡੇ ਕਰਦਾ ਵੀ ਬਾਕੀ ਤੁਸੀਂ ਜੇ ਸ਼ੇਅਰ ਕਰੋਗੇ ਦੱਬ ਗਿਆ ਅਸੀਂ ਤਿੰਨ ਤਿੰਨ ਬਦਲਾ ਬਾਅਦ ਹੀ ਕਰ ਦਾਂਗੇ ਪਰ ਸੌ ਦੱਸੇ ਵੀ ਬਾਕੀ ਲੋਕਾਂ ਨੇ ਰਿਸਪੌਂਸ ਬਹੁਤ ਬਹੁਤ ਇੰਨਾ ਮੈਂ ਕਿ ਇਹ ਤੁਹਾਡਾ ਇਹ ਸਾਰਾ ਸ਼ੇਅਰ ਆ ਸੋਨੂੰ ਜਾਂਦਾ ਕਿਤੇ ਨਾ ਕਿਤੇ ਵੀ ਤੁਹਾਡੇ ਕਰਕੇ ਬਾਈ ਉਤਸ਼ਾਹ 'ਚ ਨੇ ਜੇ ਹੁਣ ਇੰਨੇ ਸੋਹਣੇ ਵਿਊ ਦਿੱਤੇ ਆ ਤੁਸੀਂ ਕਿਉਂਕਿ ਓਬਵੀਅਸਲੀ ਰੁਜ਼ਗਾਰ ਇਹਨਾਂ ਦੇ ਇੱਥੋਂ ਵੀ ਗਿਆ 3 ਮਹੀਨਿਆਂ ਦੇ ਅਤੇ ਕਿਤੇ ਨਾ ਕਿਤੇ ਤੁਸੀਂ ਦੇਖ ਕੇ ਸ਼ੇਅਰ ਕਰਕੇ ਇਹਨਾਂ ਦੀ ਹੈਲਪ ਕਰ ਸਕਦੇ ਹੋ ਸੋ ਅੱਜ ਦੀ ਗੱਲਬਾਤ 'ਚ ਇਹੀ ਕਵਰ ਕਰਨਾ ਸੀਗਾ ਬਾਈ ਵੀ ਬਿਹਾਈਂਡ ਦੀ ਕੈਮਰਾ ਇਹ ਕਿੱਥੋਂ ਆਈਡੀਆ ਸੀ ਕਿਉਂ ਬਣਾਉਣ ਦੀ ਲੋੜ ਪਈ ਅਤੇ ਮੇਰਾ ਇਹ ਵੀ ਸਵਾਲ ਇੱਕ ਛੋਟਾ ਜਿਹਾ ਰਹਿ ਗਿਆ ਕਰ ਹੀ ਦੇਈਏ ਕਵਰ ਦੁਬਾਰਾ ਪੈਂਡ ਕਰ ਦਈਏ ਵੀ ਇਹਦੇ 'ਚ ਕਵਰ ਤੁਸੀਂ ਸਟੂਡੈਂਟ ਲਾਈਫ ਕੀਤੀ ਹੈ ਇਕੱਲੀ ਵੀ ਸਟੂਡੈਂਟ ਕੀ ਕਰਦੇ ਨੇ ਜਾਂ ਕੁਛ ਹੋਰ ਵੀ ਕੀਤਾ ਕਵਰ ਇਹਦੇ ਵਿੱਚ ਮੇਨ ਕੋਰ ਆ ਜਿਹੜਾ ਉਹ ਤਾਂ ਸਟੂਡੈਂਟਸ ਦੀ ਹੀ ਲਾਈਫ ਆ ਹੈ ਨਾ ਮਤਲਬ ਬਟ ਇਹ ਆ ਵੀ ਸਟੂਡੈਂਟਸ ਦੇ ਵੱਖ ਵੱਖ ਪਰਸਪੈਕਟਿਵ ਨੇ ਕਈ ਸਟੂਡੈਂਟ ਇੱਦਾਂ ਹੁੰਦਾ ਵੀ ਪਿੱਛੋਂ ਸਟੇਬਲ ਹੁੰਦੇ ਆ ਹੈ ਨਾ ਫਾਈਨੈਂਸ਼ੀਅਲੀ ਉਹਨਾਂ ਦਾ ਲਾਈਫ ਸਟਾਈਲ ਇੱਥੇ ਆ ਕੇ ਵੀ ਹੋਰ ਹੁੰਦਾ ਉਹ ਨਹੀਂ ਹੁੰਦਾ ਜਿਹੜਾ ਬਾਕੀਆਂ ਦਾ ਹੁੰਦਾ ਹੈ ਨਾ ਇੱਕ ਮੱਧਵਰਗੀ ਪਰਿਵਾਰ ਦੇ ਜਿਹੜੇ ਸਟੂਡੈਂਟਸ ਹੁੰਦੇ ਉਹਨਾਂ ਦਾ ਹੋਰ ਹੁੰਦਾ ਅਤੇ ਜਿਹੜੇ ਪਿੱਛੋਂ ਕਰਜ਼ਾ ਚੱਕ ਕੇ ਆ ਰਹੇ ਨੇ ਕਈ ਉਹਨਾਂ ਦਾ ਲਾਈਫ ਸਟਾਈਲ ਹੋਰ ਹੁੰਦਾ ਤਾਂ ਆਪਾਂ ਸਾਰੀਆਂ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਜਿੰਨਾ ਜਿੰਨੇ ਵੀ ਸਟੂਡੈਂਟਾਂ ਦੇ ਐਂਗਲ ਹੈਗੇ ਆ ਹਰੇਕ ਪੱਖ ਨੂੰ ਲੈ ਕੇ ਹੈ ਨਾ ਅਤੇ ਇਹ ਨਹੀਂ ਹੈਗਾ ਵੀ ਸਿਰਫ ਮਾੜਾ ਹੀ ਦਿਖਾਇਆ ਹੋਇਆ ਜਿੰਨੀ ਰਿਐਲਿਟੀ ਹੈ ਕਿਉਂਕਿ ਈਵਨ ਕਿ ਜਦ ਅਸੀਂ ਕਈ ਵਾਰ ਸਟੋਰੀ ਲਿਖਦੇ ਹੁੰਦੇ ਸੀ ਨਾ ਅਸੀਂ ਸ਼ਿਫਟ ਤੋਂ ਆ ਕੇ ਸ਼ਿਫਟ ਲਾ ਕੇ ਆਉਣਾ ਉੱਥੇ ਸ਼ਿਫਟ 'ਤੇ ਕੋਈ ਗੱਲ ਹੋ ਜਾਂਦੀ ਸੀ ਕੋਈ ਨਾ ਕੋਈ ਫਿਰ ਇਹ ਸੋਚਣਾ ਵੀ ਯਾਰ ਅੱਜ ਐਂ ਹੋ ਗਿਆ ਓਕੇ ਇਹ ਵੀ ਕਵਰ ਕਰਨਾ ਵਿੱਚ ਪਾ ਲਓ ਹੈ ਨਾ ਐਡ ਕਰ ਲਓ ਨਾਲ ਦੀ ਨਾਲ ਚੀਜ਼ਾਂ ਐਡ ਔਨ ਕੀਤੀਆਂ ਤਾਂ ਕਿਉਂਕਿ ਮੈਂ ਦੀਪ ਵੀਰੇ ਨਾਲ ਜਦੋਂ ਅਸੀਂ ਗੱਲ ਕੀਤੀ ਸੀ ਨਾ ਵੀਰੇ ਨੇ ਕਿਹਾ ਸੀ ਵੀ ਹਾਂ ਤੁਸੀਂ ਸਟੋਰੀ ਵਧੀਆ ਬਟ ਇਹਨੂੰ ਹੋਰ ਰੀਅਲ ਬਣਾਉਣ ਲਈ ਤੁਹਾਨੂੰ ਐਕਸਪੀਰੀਅੰਸ ਕਰਨਾ ਪੈਣਾ ਤਾਂ ਕੁਦਰਤੀ 8 ਮਹੀਨੇ ਨਿਕਲ ਗਏ ਆਪਣੇ ਸ਼ਿਫਟਾਂ ਵੀ ਲਈ ਗਏ ਹੈ ਐਕਸਪੀਰੀਅੰਸ ਹੀ ਹੋ ਇਹ ਗੱਲ ਹੋਈ ਸੀ ਜਦੋਂ ਇਹਨੇ ਮੈਨੂੰ ਦੱਸਿਆ ਨਾ ਤੇ ਮੈਨੂੰ ਇਹ ਗੱਲ ਦੱਸੀ ਸੀ ਮੈਂ ਵੀ ਜੇ ਤੁਸੀਂ ਕੈਨੇਡੀਅਨ ਲਾਈਫ ਤੇ ਬਣਾਉਣੀ ਹੈ ਮੂਵੀ ਤਾਂ ਪਹਿਲਾਂ ਵੀ ਤੁਸੀਂ ਇਹਨੂੰ ਉਹ ਜੀਓ ਵੀ ਇੱਥੋਂ ਦੀ ਲਾਈਫ ਹੈ ਕਿੱਦਾਂ ਦੀ ਹੈ ਨਾ ਬਿਲਕੁਲ ਬਿਲਕੁਲ ਕਿਉਂਕਿ ਕੋਈ ਵੀ ਮੂਵੀ ਜਦੋਂ ਆਪਾਂ ਦੇਖਦੇ ਹਾਂ ਆਪਾਂ ਨੂੰ ਓਰਿਜਨਲ ਉਦੋਂ ਲੱਗਦੀ ਹੈ ਕੋਈ ਚੀਜ਼ ਆਪਣੇ ਨਾਲ ਹੋਈ ਆਪਾਂ ਨੂੰ ਰਿਲੇਟ ਹਾਂ ਵੀ ਹਰ ਬੰਦਾ ਰਿਲੇਟ ਕਰ ਸਕੇ ਤੇ ਜਿਹਨੂੰ ਪਤਾ ਹੀ ਨਹੀਂ ਕੈਨੇਡਾ 'ਚ ਕੀ ਹੁੰਦਾ ਲੋਕਾਂ ਨੇ ਰਿਲੇਟ ਹੀ ਨਹੀਂ ਕਰਨਾ ਵੀ ਇਹ 'ਚ ਹੋਈ ਕੀ ਜਾਂਦਾ ਬਿਲਕੁਲ ਜਿਵੇਂ ਟ੍ਰੇਲਰ ਦਾ ਪਹਿਲਾ ਡਾਇਲੋਗ ਉਹਨਾਂ ਬਹੁਤ ਸਾਰੇ ਲੋਕ ਰਿਲੇਟ ਕਰ ਰਹੇ ਆ ਇੰਨੇ ਮੈਸੇਜ ਉਹਦੇ ਨੀਚੇ ਉਹੀ ਆਏ ਹੋਏ ਆ ਕਈਆਂ ਦੇ ਇਹ ਵੀ ਆਏ ਵੀ ਹਾਂ ਇੱਦਾਂ ਨਹੀਂ ਹੁੰਦਾ ਬਟ ਇੱਦਾਂ ਹੁੰਦਾ ਇਹ ਰਿਐਲਿਟੀ ਆ ਹੁੰਦਾ ਹੁੰਦਾ ਸਾਡੇ ਨਾਲ ਤਾਂ ਹੋਇਆ ਸਾਰਿਆਂ ਨਾਲ ਹੀ ਹੁੰਦਾ ਸੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪ੍ਰੋਜੈਕਸ਼ਨ ਲਾਸਟ ਕੋਈ ਦੋ ਲਾਈਨਾਂ
ਰਾਈਟਰ ਦਾ ਮੇਨ ਉਹ ਹੁਣ ਹੈ ਨਹੀਂ ਕਿ ਇਸ ਟਾਈਮ ਸ਼ਿਫਟ ਤੇ ਆ ਸਾਡੇ ਹਜੇ ਗਰੀਬ ਹੈ ਮਤਲਬ ਐਟ ਦ ਐਂਡ ਬੀਜ ਉਸ ਬੰਦੇ ਦਾ ਹਨਾ ਵੀ ਉੱਥੋਂ ਸ਼ੁਰੂ ਹੋਈ ਹੈ ਚੀਜ਼ ਇਹ ਅਮਨ ਨੂੰ ਸਭ ਤੋਂ ਵੱਧ ਅਮਨ ਹਾਂਜੀ ਹਾਂਜੀ ਬਿਲਕੁਲ ਤੇ ਉਸ ਤੋਂ ਬਾਅਦ ਦੀਪ ਵੀਰੇ ਦਾ ਮਤਲਬ ਇਹ ਤਾਂ ਨਹੀਂ ਕਹਿ ਰਿਹਾ ਵੀ ਵੀਰੇ ਹੁਣੀ ਇੱਥੇ ਬੈਠੇ ਨੇ ਪ੍ਰਭ ਨਾਲ ਵੀ ਮੇਰੀ ਕਈ ਵਾਰ ਗੱਲ ਹੋਈ ਹੈ ਵੀ ਹਾਂ ਯਾਰ ਮਤਲਬ ਵੀ ਉਹ ਇਹ ਬੰਦਿਆਂ ਨੇ ਸਾਡੀ ਉਹ ਹਿਸਾਬ ਨਾਲ ਹੈਲਪ ਕੀਤੀ ਹੈ ਵੀ ਬਿਨਾਂ ਰਿਟਰਨ ਬੈਕ ਦੋ ਕਿਸ ਤੋਂ ਵੀ ਨਹੀਂ ਬਈ ਸਾਨੂੰ ਕੋਈ ਤੁਹਾਡੇ ਤੋਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਫਾਇਦਾ ਕੱਢਣਾ ਜਾਂ ਨਹੀਂ ਕੱਢਣਾ ਹੁਣ ਵੀ ਮੈਂ ਸਵੇਰੇ ਦੁਪਹਿਰੇ ਜਦੋਂ ਵੀ ਫੋਨ ਕਰਦਾ ਹਾਂ ਨਾ ਤਾਂ ਨਾਲ ਦੀ ਨਾਲ ਮਤਲਬ ਰਿਪਲਾਈ ਆਉਂਦਾ ਵੀ ਆਹ ਕੰਮ ਆਏ ਕਰਨਾ ਤਾਂ ਵੀਰੇ ਕਹਿੰਦਾ ਵੀ ਹਾਂ ਠੀਕ ਹੈ ਓਕੇ ਕਰ ਲਵਾਂਗੇ ਸੋ ਮਤਲਬ ਮੈਨੂੰ ਇਹ ਚੰਗਾ ਲੱਗਦਾ ਵੀ ਇੱਦਾਂ ਦੇ ਬੰਦੇ ਹੋਣੇ ਚਾਹੀਦੇ ਅਤੇ ਅਸੀਂ ਵੀ ਹੁਣ ਇਹੀ ਟਰਾਈ ਕਰਦੇ ਵੀ ਠੀਕ ਹੈ ਸਾਡੇ ਕੋਲ ਜਿੰਨੇ ਕੁ ਬੰਦੇ ਹੈਲਪ ਲਈ ਆਉਣ ਤਾਂ ਆਪਾਂ ਵੀ ਵੱਧ ਤੋਂ ਵੱਧ ਜਿੰਨੇ ਦੀ ਹੈਲਪ ਹੋ ਸਕੇ ਕਰੀਏ ਠੀਕ ਹੈ ਜੀ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਜਿਵੇਂ ਹੁਣ ਆਪਾਂ ਨੂੰ ਬਹੁਤ ਉਰੇ ਸਟੂਡੈਂਟ ਮਿਲਦੇ ਨੇ ਹੈ ਨਾ ਇੰਡੀਆ ਦੇ ਵਿੱਚ ਆਪਣੇ ਬਹੁਤ ਰਿਸ਼ਤੇਦਾਰ ਹੁੰਦੇ ਨੇ ਮੈਂ ਤਾਂ ਸਾਰਿਆਂ ਨੂੰ ਇਹ ਸੁਜੈਸਟ ਕਰੂੰਗਾ ਵੀ ਜਦੋਂ ਤੁਸੀਂ ਕੈਨੇਡਾ ਆ ਗਏ ਨਾ ਕੈਨੇਡਾ ਕਦੇ ਵੀ ਇਹ ਨਾ ਸੋਚੋ ਵੀ ਸਾਰੇ ਲੋਕ ਜਿਹੜਾ ਕੰਮ ਕਰੀ ਜਾਂਦੇ ਆ ਵੀ ਮੈਂ ਵੀ ਉਹੀ ਕੰਮ ਕਰ ਲੱਗ ਜਾਂ ਵੀ ਜਿਵੇਂ ਮੋਸਟਲੀ ਜੇ ਸਾਰੇ ਟਰੱਕ ਚਲਾਈ ਜਾਂਦੇ ਆ ਤਾਂ ਮੈਂ ਵੀ ਟਰੱਕ 'ਤੇ ਚੜ ਜਾਂ ਜੇ ਜੇ ਤੁਹਾਡੇ 'ਚ ਕੋਈ ਵੀ ਇੱਦਾਂ ਦੀ ਕਲਾ ਕਿਸੇ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਇੱਥੇ ਉਹਦਾ ਬਹੁਤ ਵਧੀਆ ਫਿਊਚਰ ਹੈ ਤੁਹਾਨੂੰ ਬਲੌਗਿੰਗ ਦਾ ਸ਼ੌਂਕ ਹੈ ਤੁਹਾਨੂੰ ਜੇ ਤੁਸੀਂ ਕੈਮਰਾ ਫਰੈਂਡਲੀ ਹੋ ਕਹਿਣ ਦਾ ਮਤਲਬ ਵੀ ਇੱਥੇ ਤੁਸੀਂ ਜਿਹੜਾ ਮਰਜ਼ੀ ਕੰਮ ਕਰਕੇ ਪੈਸੇ ਕਮਾ ਸਕਦੇ ਹੋ ਬਿਲਕੁਲ ਜੀ ਅਤੇ ਜੇ ਤੁਸੀਂ ਇਹ ਕਹੋਗੇ ਵੀ ਲੋਕਾਂ ਪਿੱਛੇ ਲੱਗ ਕੇ ਵੀ ਆਹ ਕੰਮ 'ਚ ਵੱਧ ਪੈਸੇ ਮੈਂ ਵੀ ਆਹ ਕੰਮ ਕਰਨ ਲੱਗ ਜਾਂ ਫਿਰ ਤਾਂ ਉਹ ਲਾਈਫ ਇੱਥੋਂ ਦੀ ਇੰਨੀ ਜ਼ਿਆਦਾ ਬੋਰਿੰਗ ਲਾਈਫ ਆ ਕਿਉਂਕਿ ਇੱਥੇ ਸੋਸ਼ਲ ਲਾਈਫ ਤਾਂ ਹੈ ਹੀ ਨਹੀਂ ਬੰਦੇ ਦੀ ਉਰੇ ਤਾਂ ਸਿਰਫ ਤੁਸੀਂ ਆਪਦੀ ਲਾਈਫ ਨੂੰ ਤਾਂ ਇੰਜੋਏ ਕਰ ਸਕਦੇ ਹੋ ਵੀ ਜਿਹੜੀ ਜਿਹੜਾ ਕੰਮ ਕਰਨਾ ਤੁਸੀਂ ਪਸੰਦ ਕਰਦੇ ਹੋ ਜੇ ਉਹੀ ਤੁਹਾਡਾ ਪ੍ਰੋਫੈਸ਼ਨ ਆ ਤਾਂ ਬਿਲਕੁਲ ਅਦਰਵਾਈਜ਼ ਇੱਥੋਂ ਦੀ ਬਹੁਤ ਜ਼ਿਆਦਾ ਬੋਰਿੰਗ ਲਾਈਫ ਹੈ ਬਿਲਕੁਲ ਹਾਂਜੀ ਦੂਜੀ ਗੱਲ ਇੱਕ ਦੂਜੇ ਦੀ ਹੈਲਪ ਕਰੋ ਇੱਥੇ ਕੋਈ ਵੀ ਬੰਦਾ ਇਕੱਲਾ ਕੁਛ ਨਹੀਂ ਕਰ ਸਕਦਾ ਬਟ ਇਹ ਕੰਟਰੀ ਦੇ ਵਿੱਚ ਜੇ ਕੋਈ ਬੰਦੇ ਨੂੰ ਟੀਮ ਵਰਕ ਕਰਨਾ ਆ ਗਿਆ ਤੇ ਇੱਥੇ ਇੰਨੀਆਂ ਜ਼ਿਆਦਾ ਅਪਰਚੁਨਿਟੀਜ਼ ਨੇ ਤੁਸੀਂ ਕੁਛ ਵੀ ਕਰ ਸਕਦੇ ਹੋ ਇੰਡੀਆ 'ਚ ਹੋ ਸਕਦਾ ਆਪਾਂ ਨਾ ਕਰ ਸਕਦੇ ਹੋਈਏ ਬਟ ਇੱਥੇ ਜੇ ਤੁਸੀਂ ਟੀਮ ਵਰਕ ਕਰਨਾ ਜਾਣਦੇ ਹੋ ਨਾ ਤੁਸੀਂ ਕੁਛ ਵੀ ਕਰ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੋ ਸਾਡਾ ਇਹ ਅੱਜ ਦੀ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਬਾਕੀ ਇਹਨਾਂ ਦੇ ਚੈਨਲ 'ਤੇ ਵੀ ਬਹੁਤ ਕੁਛ ਆਉਣਾ ਇਸ ਸੀਰੀਜ਼ ਤੋਂ ਬਿਨਾਂ ਬਿਹਾਈਂਡ ਦੇ ਸੀਨ ਕੀ ਕੁਛ ਹੋਇਆ ਜਿਹਨੇ ਤੁਸੀਂ ਸਪੋਰਟ ਕੀਤੀ ਆ ਇੰਨੀ ਹੋਰ ਦੱਬ ਕੇ ਕਰ ਦਿਓ ਮੰਮੀਆਂ ਨੂੰ ਚਾਚੀਆਂ ਤਾਈਆਂ ਭੈਣ ਭਰਾਵਾਂ ਸਾਰਿਆਂ ਨੂੰ ਭੇਜ ਦਿਓ ਵੀਡੀਓ ਠੀਕ ਆ ਆਹ ਬੇਸ਼ੱਕ ਨਾ ਭੇਜੋ ਜਿਹੜੀਆਂ ਉਹਦੇ ਆਉਣੀ ਆ ਉਹ ਭੇਜਿਓ ਸੋ ਥੈਂਕ ਯੂ ਦੇਖਣ ਲਈ ਵੀਡੀਓ ਇੱਥੇ ਤੱਕ ਅਤੇ ਟੀਮ ਦਾ ਅਤੇ ਅਮਨ ਦਾ ਸਭ ਤੋਂ ਵੱਧ ਧੰਨਵਾਦ ਉਹਨਾਂ ਦਾ ਤੁਹਾਡਾ ਧੰਨਵਾਦ ਠੀਕ ਆ ਜੀ ਆਪਾਂ ਕਵਰ ਅਪ ਕਰ ਦਈਏ ਡਨ ਕਰ ਦਈਏ ਮਤਲਬ ਕਵਰ ਅਪ ਚੱਲਦਾ ਅਤੇ ਇਹਨਾਂ 'ਚ ਚਾਹ ਨਹੀਂ ਆਪਣੇ ਘਰ ਦਾ ਚੈਨਲ ਹੁੰਦੀ ਹੈ ਚਾਹ ਪੀ ਲੈਂਦੇ ਨੇ ਉਹ ਠੀਕ ਆ ਜੀ ਅਸੀਂ ਵੀ ਪੀ ਲਈ ਤੇ ਇੱਥੇ ਬੁਲਾਈ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਅਗਲੀ ਵੀਡੀਓ 'ਚ ਮਿਲਦੇ ਹਾਂ ਕੈਲਗਰੀ ਕੈਨੇਡਾ ਟ੍ਰਿਪ ਵਾਲੀ ਵੀਡੀਓ ਆ ਰਹੀਆਂ ਨੇ ਇਹ ਤੋਂ ਬਾਅਦ ਠੀਕ ਆ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਸਤਿ ਸ਼੍ਰੀ ਅਕਾਲ